ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹੈ ਜਿਨ੍ਹਾਂ ਨੇ ਕੁਝ ਕੁ ਸਾਲਾਂ ਵਿੱਚ ਪੰਜਾਬ ਦੀ ਸਿਆਸਤ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਤੁਹਾਡੇ ਆਪਣੇ ਹਰਮਨ ਪਿਆਰੇ ਨੇਤਾ ਯੁੱਧਵੀਰ ਸਿੰਘ ਸਿੱਧੂ ਜੀ ਕਾਮਯਾਬੀ ਤੱਕ ਪਹੁੰਚਣ ਲਈ ਦੋ ਤਰ੍ਹਾਂ ਦੇ ਰਸਤੇ ਹੁੰਦੇ ਨੇ, ਇੱਕ ਜੋ ਹੌਲੀ ਹੌਲੀ ਕਾਮਯਾਬੀ ਤੱਕ ਜਾਂਦਾ ਤੇ ਦੂਸਰਾ ਸਿੱਧਾ ਕਾਮਯਾਬੀ ਵੱਲ। ਸਿਆਸਤ ਦੇ ਵੱਡੇ ਖਿਡਾਰੀ ਲੋਕਾਂ ਦੀ ਸਿਆਣਪ ਤੋਂ ਨਹੀਂ ਭੋਲੇਪਣ ਦਾ ਫਾਇਦਾ ਲੈਂਦੇ ਨੇ। ਮੈਂ ਅੱਜ ਸਿਰਫ ਤੁਹਾਨੂੰ ਇਹ ਕਹਿਣ ਆਇਆ, ਇਹ ਤਾਂ ਮੇਲਾ ਲੁੱਟਣਾ ਇਹਨੂੰ ਖੂਬ ਆਉਂਦਾ, ਪਤੰਦਰ ਹੈ ਤਾਂ ਧਨੀ ਹੈ, ਦਿਮਾਗ ਦਾ ਵੀ ਤੇ ਗੱਲਾਂ ਦਾ ਵੀ। ਹਾਂ ਵੈਸੇ ਜ਼ਬਾਨ ਦੇ ਤਾਂ ਤੁਸੀਂ ਵੀ ਬੜੇ ਧਨੀ ਹੋ, ਬਸ ਦਿਮਾਗ ਦੀ ਥੋੜੀ ਜੀ ਮਾਰ ਹੈ। ਜ਼ਿੰਦਗੀ ਦੇ ਫੈਸਲੇ ਕਰਦੇ ਨੇ, ਦੁਨੀਆਂ ਜਾਣਦੀ ਹੈ ਬਿੱਲੇ ਨਾਗਣੀ ਦਾ ਨਿਸ਼ਾਨਾ ਤੇ ਜ਼ੁਬਾਨ ਮੇਰੇ ਸਾਲੇ ਦੇ ਦੋਵੇਂ ਪੱਕੇ ਨੇ। ਮੈਂ ਰਾਜਨੀਤੀ ਕਰਨੀ ਕਿਸੇ ਕਿਤਾਬਾਂ ਚੋਂ ਨਹੀਂ ਸਿੱਖੀ ਤੇ ਨਾ ਕਿਸੇ ਵੱਡੇ ਲੀਡਰ ਵੱਲ ਵੇਖ ਕੇ। ਮੈਂ ਇੱਕ ਐਸੇ ਕਿਸਾਨ ਦਾ ਪੁੱਤ ਹਾਂ ਜਿਹੜਾ ਸਾਰੀ ਉਮਰ ਲੋਕਾਂ ਲਈ ਜੀਵਿਆ ਤੇ ਲੋਕਾਂ ਲਈ ਮਰਿਆ। ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ ਤੋਂ ਮੈਂ ਇਹੀ ਸਿੱਖਿਆ ਕਿ ਭਲਾ ਉਹਨਾਂ ਲੋਕਾਂ ਦਾ ਕੀਤਾ ਜਾ ਸਕਦਾ ਜੋ ਆਪਣਾ ਭਲਾ ਖੁਦ ਕਰਨਾ ਚਾਹੁੰਦੇ। ਯੂਨੀਵਰਸਿਟੀ ਸਕੈਮ ਦੇ ਮਾਮਲੇ ਵਿੱਚੋਂ ਲੋਕ ਸੇਵਾ ਪਾਰਟੀ ਕਿਸ ਤਰ੍ਹਾਂ ਆਪਣੇ ਆਪ ਨੂੰ ਕੱਢ ਪਾਏਗੀ? ਲੋਕ ਸੇਵਾ ਪਾਰਟੀ ਬੇਟੇ ਤੁਸੀਂ ਅੰਦਰ ਬੈਠੋ। ਹੋਰ ਨਹੀਂ ਸੁਣਾਈ ਦਿੰਦਾ ਤੁਹਾਨੂੰ? ਓ ਮੈਡਮ ਚੁੱਪ ਚਾਪ ਜਾ ਕੇ ਗੱਡੀ ਚ ਬਹਿ ਜਾ, ਇਹ ਧਰਨਾ ਤਾਂ ਏਦਾਂ ਹੀ ਚੱਲੂ। ਬੇਟਾ ਜੀ ਸਟੂਡੈਂਟ ਯੂਨੀਅਨ ਜਿੰਦਾਬਾਦ। ਓ ਹੈਲੋ, ਦਿਸ ਇਜ਼ ਨਾਟ ਯੋਰ ਹਾਊਸ, ਸੜਕ ਛੱਡ ਤੇ ਰਾਹ ਦੇ। ਤੈਨਾਂ ਤੈਨੂੰ ਮੈਂ ਰਾਹ ਗੁੱਸਾ ਸਰਕਾਰ ਤੇ ਹੈ ਤਾਂ ਸਰਕਾਰ ਤੇ ਰਹਿਣਾ ਚਾਹੀਦਾ, ਆਮ ਪਬਲਿਕ ਨੂੰ ਨੁਕਸਾਨ ਪਹੁੰਚਾਉਣਾ ਕਿੱਥੋਂ ਦੀ ਸਿਆਣਪ ਹੈ? ਸਿਆਣੇ ਤਾਂ ਤੁਹਾਡੀ ਪਾਰਟੀ ਦੇ ਲੀਡਰ ਹੀ ਨੇ ਜਿਹੜੇ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੇ ਨੇ। ਆਪਣੇ ਪੈਸਿਆਂ ਦੀ ਭੁੱਖ ਕਰਕੇ ਤੁਸੀਂ ਸਾਡੇ ਸਾਲਾਂ ਦੀ ਮਿਹਨਤ ਨੂੰ ਖਰਾਬ ਕਰ ਰਹੇ ਹੋ। ਅਸੀਂ ਇਹ ਸਰਕਾਰ ਤੇ ਪਾਰਟੀ ਦੀ ਹੋਂਦ ਖਤਮ ਕਰਕੇ ਹੀ ਸਾਹ ਲਵਾਂਗੇ। ਉਹਦੇ ਨਾਲ ਕੀ ਹੋਏਗਾ? ਖਤਮ ਕਰਨਾ ਹੈ ਤਾਂ ਭ੍ਰਿਸ਼ਟਾਚਾਰ ਨੂੰ ਖਤਮ ਕਰੋ। ਮੈਂ ਮੰਨਦਾ ਤੁਹਾਡੇ ਨਾਲ ਧੱਕਾ ਹੋਇਆ ਤੇ ਸੱਚ ਮੰਨਿਓ ਇਸ ਲੜਾਈ ਚ ਮੈਂ ਤੁਹਾਡੇ ਸਭ ਦੇ ਨਾਲ, ਪਰ ਸ਼ਾਂਤੀ ਨਾਲ। ਇਹ ਭੰਨ ਤੋੜ ਆਮ ਜਨਤਾ ਦੀ ਹੀ ਤਕਲੀਫ ਵਧਾਏਗੀ। ਤੇਰੀਆਂ ਮਿੱਠੀਆਂ ਗੋਲੀਆਂ ਨਹੀਂ ਚਾਹੀਦੀਆਂ ਸਾਨੂੰ, ਦੇਖ ਹੀ ਰਹੇ ਓਏ। ਮੈਂ ਤੁਹਾਡੇ ਸਭ ਨਾਲ ਇਹ ਵਾਅਦਾ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਨਾਲ ਧੱਕਾ ਕੀਤਾ ਉਹਨਾਂ ਨੂੰ ਸਜ਼ਾ ਮਿਲੇਗੀ ਤੇ ਤੁਹਾਨੂੰ ਸਭ ਨੂੰ ਆਪਣਾ ਹੱਕ। ਜਾਓ ਮੈਡਮ ਜੀ।
ਜਿੱਥੋਂ ਲਿਆ ਸੀ ਉੱਥੇ ਰੱਖ ਦੀ। ਮੇਰੀ ਇਹ ਚਿੱਠੀ ਪੱਗ ਸਿਆਸਤ ਚ ਮੇਰੇ ਕਿਰਦਾਰ ਦੀ ਨਿਸ਼ਾਨੀ ਰਹੀ ਹੈ ਤੇ ਮੇਰੇ ਤੇ ਹੀ ਇਹ ਐਜੂਕੇਸ਼ਨ ਸਕੈਮ ਵਾਲਾ ਦਾਗ ਲੱਗਣਾ ਸੀ। ਸੀਐਮ ਸਾਹਿਬ, ਵੈਸੇ ਇਸ ਵੇਲੇ ਸਾਨੂੰ ਸਮੱਸਿਆ ਬਾਰੇ ਨਹੀਂ ਉਹਦੇ ਹੱਲ ਬਾਰੇ ਸੋਚਣਾ ਚਾਹੀਦਾ ਹੈ। ਮੈਨੂੰ ਸਮੱਸਿਆ ਬਾਰੇ ਵੀ ਸੋਚਣਾ ਪੈਣਾ ਹੈ ਤੇ ਸਮੱਸਿਆ ਪੈਦਾ ਕਰਨ ਵਾਲਿਆਂ ਬਾਰੇ ਵੀ। ਤਾਇਆ ਜੀ, ਪ੍ਰਧਾਨ ਸਾਹਿਬ ਨੇ ਠੀਕ ਹੀ ਤਾਂ ਕਿਹਾ। ਦਮਨ, ਤਾਇਆ ਜੀ ਮੈਂ ਘਰ ਹੁੰਨਾ, ਇੱਥੇ ਅਸੀਂ ਪਾਰਟੀ ਦੇ ਮਸਲੇ ਡਿਸਕਸ ਕਰਨ ਆਏ ਹਾਂ। ਪਰਿਵਾਰ ਤੇ ਪਾਰਟੀ ਵੱਖ ਵੱਖ ਰਹਿਣ ਤਾਂ ਦੋਵੇਂ ਬੜੇ ਵਧੀਆ ਚੱਲਦੇ ਰਹਿੰਦੇ ਨੇ ਬਰਖੁਰਦਾਰ। ਸਰ, ਜਦੋਂ ਦਰਿਆ ਪਾਰ ਕਰਨਾ ਹੀ ਹੈ ਤਾਂ ਪਾਣੀ ਘਟਿਆ ਕੀ ਤੇ ਹੜ ਆਇਆ ਕੀ? ਮਤਲਬ ਇਹ ਕਿ ਸਮੱਸਿਆ ਗੰਭੀਰ ਜ਼ਰੂਰ ਹੈ, ਪਰ ਕੀ ਇਹਦੇ ਕਰਕੇ ਅਸੀਂ ਅਗਲੀ ਵਾਰ ਫਿਰ ਸਰਕਾਰ ਬਣਾਉਣ ਦੇ ਇਰਾਦੇ ਤੋਂ ਡੋਲ ਸਕਦੇ? ਕਿਸੇ ਵੀ ਕੀਮਤ ਤੇ ਨਹੀਂ ਯੁੱਧਵੀਰ, ਪਰ ਇਹਨਾਂ ਹਾਲਾਤਾਂ ਚ ਕਰੀਏ ਤੇ ਕੀ ਕਰੀਏ? ਇੱਕ ਇਨਕੁਆਇਰੀ ਕਮਿਸ਼ਨ ਬਿਠਾਓ, ਡਿਪਾਰਟਮੈਂਟ ਤੇ ਸਾਰੇ ਵੱਡੇ ਆਫੀਸਰਸ ਦੀ ਸਸਪੈਂਸ਼ਨ, ਲੋਕਾਂ ਸਾਹਮਣੇ ਤੁਹਾਡਾ ਮਾਫ਼ੀਨਾਮਾ, ਔਰ ਸਭ ਤੋਂ ਅਹਿਮ ਐਜੂਕੇਸ਼ਨ ਮਿਨਿਸਟਰ ਦਾ ਅਸਤੀਫਾ। ਕੀ ਬਕਵਾਸ ਕਰ ਰਿਹਾ? ਦਮਨ, ਕੀ ਕਹਿਣਾ ਚਾਹੁੰਦਾ ਕਿ ਸਭ ਕੁਝ ਇੰਨਾ ਸੌਖਾ? 40 ਸੀਟਾਂ ਬਚਾਉਣ ਦੇ ਲਈ 4 ਸੀਟਾਂ ਤੇ ਹਿਲਜੁਲ ਕਰਨੀ ਪੈਂਦੀ ਹੈ, ਬਾਕੀ ਮੈਂ ਸਿਰਫ ਰਾਏ ਦਿੱਤੀ ਹੈ ਤੇ ਤੁਸੀਂ ਜੋ ਵੀ ਫੈਸਲਾ ਕਰੋਗੇ ਮੈਂ ਹਮੇਸ਼ਾ ਤੁਹਾਡੇ ਨਾਲ। ਯੁੱਧਵੀਰ, ਮੈਨੂੰ ਤੇਰੇ ਤੇ ਯਕੀਨ ਵੀ ਹੈ ਤੇ ਮਾਣ ਵੀ। ਮਿਹਰਬਾਨੀ ਸਰ। ਯਕੀਨ ਤੇ ਮਾਣ, ਇਹ ਦੋਵੇਂ ਚੀਜ਼ਾਂ ਜ਼ਿੰਦਗੀ ਚ ਮਿਲਦੀਆਂ ਨਹੀਂ, ਹਾਸਲ ਕਰਨੀਆਂ ਪੈਂਦੀਆਂ ਨੇ। ਮਾਣ ਵੀ ਪੁੱਤਰ, ਤੂੰ ਅੱਜ ਹੀ ਨੀਂਦਰੋਂ ਆਈ ਹੈ, ਉਹ ਥੋੜਾ ਆਰਾਮ ਕਰ ਲੈ, ਇਹ ਸਭ ਕੁਝ ਕਰਨ ਲਈ ਨੌਕਰ ਚੱਕਰ ਹੈਗੇ ਆ ਨਾ। ਮਾਈ ਡੀਅਰ ਪਾਪਾ ਸ਼੍ਰੀ, ਪੂਰੇ 5 ਸਾਲ ਹੋ ਗਏ ਨੇ ਨੌਕਰਾ ਚੱਕਰਾ ਦੇ ਹੱਥ ਦਾ ਖਾਣਾ ਖਾਂਦੇ ਹੋਏ। ਯੂ ਜਸਟ ਇੰਜੋਏ ਯੋਰ ਫੂਡ। ਮਾਨਵੀ ਪੁੱਤਰ, ਜੇ ਤੂੰ ਖੀਰ ਵਿੱਚ ਲੂਣ ਪਾਏਗੀ ਤਾਂ ਬੰਦਾ ਕਿੱਥੋਂ ਇੰਜੋਏ ਕਰੂਗਾ? ਐਕਸਕਿਊਜ਼ ਮੀ, ਲੂਣ ਪਾਇਆ ਪਰ ਜ਼ਿਆਦਾ ਤਾਂ ਨਹੀਂ ਪਾਇਆ। ਇਹਦੇ ਕੋਲ ਹਰ ਗੱਲ ਦਾ ਜਵਾਬ ਹੈ, ਇਹ ਵੀ ਲੀਡਰ ਬਣੂਗੀ ਤੇਰੇ ਵਾਂਗ। ਦਾਦੀ ਮਾਂ, ਇਹ ਉਹੀ ਹੈ ਜਿਹਨੇ ਮੈਨੂੰ ਅੱਜ ਬਚਾਇਆ ਸੀ। ਇਹ ਤਾਂ ਯੁੱਧਵੀਰ ਸਿੰਘ ਹੈ। ਵਾਓ, ਵੈਸੇ ਪਾਪਾ, ਅੱਜ ਕੱਲ ਪੋਲਿਟਿਕਸ ਵਿੱਚ ਕਾਫੀ ਯੰਗ ਪੋਲੀਟੀਸ਼ੀਅਨਸ ਆ ਗਏ ਨੇ। ਪੁੱਤਰ ਜੀ, ਤੁਸੀਂ ਜੰਮੇ ਲੇਟ, ਜਦੋਂ ਮੈਂ ਪੋਲਿਟਿਕਸ ਜੁਆਇਨ ਕੀਤੀ ਸੀ ਨਾ ਮੈਂ ਵੀ 22 ਸਾਲ ਦਾ ਸੀ। ਆਈ ਮੀਨ ਟੂ ਸੇ, ਕਾਫੀ ਇੰਟੈਲੀਜੈਂਟ, ਪੜ੍ਹੇ ਲਿਖੇ ਲੀਡਰਸ। ਬੇਬੇ ਜੀ, ਇਹਨੂੰ ਮੇਰੇ ਨਾ MA ਦਾ ਸਰਟੀਫਿਕੇਟ ਦਿਖਾਓ ਜਰਾ। ਉਹ ਪੁੱਤਰ, ਇਹ ਗੱਲ ਨਹੀਂ ਹੈ, ਇਹਦੇ ਕਹਿਣ ਦਾ ਮਤਲਬ ਹੈ ਕਿ ਅੱਜ ਕੱਲ ਕਾਫੀ ਸੋਹਣੇ ਸੁਨੱਖੇ ਮੁੰਡੇ ਵੀ ਨਾ ਸਿਆਸਤ ਵਿੱਚ ਆ ਗਏ ਨੇ। ਵੈਸੇ ਇੱਕ ਗੱਲ ਤਾਂ ਮੰਨੀ ਪਏਗੀ ਕਿ ਮੇਰੇ ਪਾਪਾ ਜੈਸਾ ਕੋਈ ਇੰਟੈਲੀਜੈਂਟ ਸਮਾਰਟ ਕੋਈ ਹੈ ਹੀ ਨਹੀਂ। ਆਖਰ ਮੇਰਾ ਪੁੱਤਾ ਹੈ। ਯੁੱਧਵੀਰ, ਹੈ ਤੂੰ ਪਤੰਦਰਾ, ਵੈਸੇ ਪਾਰਟੀ ਦੀ ਗਿੱਦੜ ਸਿੰਘ ਹੀ ਹੈ, ਜਿੱਥੇ ਪਾਰਟੀ ਦਾ ਕੋਈ ਮਾਮਲਾ ਅੜ ਜਾਂਦਾ ਨਾ ਤੇਰੀ ਡਿਊਟੀ ਉੱਥੇ ਲੱਗਦੀ ਹੈ। ਯੁੱਧਵੀਰ, ਅੱਜ ਤਾਂ ਤੂੰ ਵੀ ਲਾ ਹੀ ਲੈ ਘੁੱਟ। ਤੁਹਾਡੀ ਘੁੱਟ ਤੁਹਾਨੂੰ ਮੁਬਾਰਕ, ਮੇਰਾ ਦਿਮਾਗ ਤਾਂ ਤਾਜ਼ਾ ਚਾਹ ਦੇ ਇੱਕ ਕੱਪ ਨਾਲ ਤੇਜ਼ ਚੱਲਦਾ। ਵੈਸੇ ਇੱਕ ਗੱਲ ਪੱਕੀ ਹੈ ਯੁੱਧਵੀਰ, ਤੈਨੂੰ ਨਾ ਪਾਰਟੀ ਨੇ ਹੁਣ ਕੋਈ ਪ੍ਰਧਾਨ ਪ੍ਰਧੂਨ ਜਿਹਾ ਬਣਾ ਦੇਣਾ। ਵੱਟ ਤੇ ਪਈ ਆ ਪ੍ਰਧਾਨਗੀ। ਵੱਟ ਤੇ ਪਈ ਪ੍ਰਧਾਨਗੀ ਚੁੱਕਣੀ ਨੀ ਮੈਂ। ਯੁੱਧਵੀਰ, TC ਦੇ ਬੇਰ ਤੇ ਅੱਖ ਰੱਖਦਾ, ਆਪਣੇ ਆਪ ਹੀ ਝੋਲੀ ਚ ਡਿੱਗਣ ਵਾਲਿਆਂ ਤੇ ਨੀ। ਇਹਦਾ ਮਤਲਬ CM ਆਫ ਦਾ ਸਟੇਟ। ਚੀਅਰਸ। ਪਰ ਯੁੱਧਵੀਰ, ਤੈਨੂੰ ਨੀ ਲੱਗਦਾ ਕਿ ਸੱਤਾ ਚ ਆਉਣ ਆਉਣਾ ਜ਼ਰੂਰੀ ਹੈ ਆਪਾਂ ਲੋਕਾਂ ਦੀ ਸੇਵਾ ਕਰੀਏ? ਪੁਆਇੰਟ ਆ ਭਾਜੀ। ਪੁੱਤਰ, ਮੇਰੇ ਲਈ ਰਾਜਨੀਤੀ ਨਹੀਂ, ਲੋਕ ਸੇਵਾ ਹੈ। ਲੋਕਾਂ ਦਾ ਕੀ ਹੈ, ਲੋਕਾਂ ਦੀ ਤਾਂ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਣ ਦੀ। ਹੁਣ ਤੁਸੀਂ ਤਾਂ ਨੀ ਡੰਡੇ ਖਾਣੇ, ਚੁੱਕੋ ਪੈਗ।
लगाते अखा दी जुबानी अज होई गल बात रब दी सो प्यार कदी पूछ दो ना रात प्यार मैनू लगदा मैया तेरे मुखड़े चो दिस दोए रब वे मैं तो कदी होवी ना जुदा ये हो मेरे दिल दी दुआ रमा तेरे नाल सदा चुप भी कर जा कर टूटे 60 रुपए दे दो जी ना जी गल होगी भाई भाई जी मेरे को टुटे हैं कितने पैसे 60 रुपए जी मैं 60 रुपया पीछे इतना रौला आ लो मेहरबानी जी ओ थैंक्स आ तुसी रख तो मेरे को भी टुटे हैं नहीं जी ओ मेनू लगदा मेरे को होने है टुटे पै ओ अपना एटीएम जेब जी रख दसो किड्डी सोहनी थां ते दो विरोधी पार्टियां दा आपस मेल मिलाप हो रहा है तू अपना बैंक खोली जाना भाई एहो जे मौके ते मुकर चाहिदा हुंदा भी मेरा तां बटुए घर रह गया क्यों सिद्धू साहब नहीं नहीं मेरा मतलब के देखो मैडम लगता ईमानदार रहे ऐदा ही किसी दिन टाइम काट के इन्होंने पैसे मोड़न भी आ जाना है चंगा जी सस्रीकार जी अच्छा जी चंगा जी कभी पौंकना बंद भी कर दिया कर बोली जा बोली जा इश्क दिया रीतानू निभाना वित पैंदा है सजना नू नच के मनोना वित पैंदा है इश्क दिया रीतानू निभाना वित पैंदा है सजना नू नच के मनोना वित पैंदा है चन्न नाल तारे यादी लो वित हुंदी है जिथे होवे फूल खुशबू वित हुंदी है इश्क दी किताब दे भी वखरे उसूल ने आशिकानु सजना दे दुखड़ कबूल ने आप तो जोगिंग कर दी मेनू तो करन दे ओ चल उठ डंगरा दौड़ ओ यार क्यों मैं क्यों दौड़ा मैं कोई चोरी की थी है यार हैं आवाम नू आराम नाल सौन दे इंद्र देवता ओ सोना है ता तू करे सोया कर इथे दौड़ी दे दफा कर सवेरे सवेरे पहला उठो फिर दौड़ो फिर पतले होवो फिर बाजार जाके नवे कपड़े लेके आओ नवी फिटिंग दे तू भी ना दौड़े ओ यार तू मेनू जान दे ओ वीर कला उठे उठ कौन कहता कला आओ वेख उन्हें लाइया हुई रौनक मतलब इना करजा ते नहीं चढ़िया सूरज भी नहीं चढ़न दिता पहले मोड़ना के मतलब लै लो यार लै लो मैं कदों ना देख रहा कुड़ी हस हस के मिन्ता करी जा रही है तुसी हस हस के मना करी जाने चाली मोड़ दे
मैं सवेरे सवेरे रनिंग करना आया बट वो नाल नहीं चुकी फिरदा। डिंपी तेरे कोल है? देखो मैं रनिंग करा ना करा आउंदा ते मैं भी उसे इरादे नाल ही आना। मैडम दी गल हो रही, कैश नाल लेके तुरदी है जी। मेरा कहना मतलब के तुसी इन्हां नूं ओ दिनों 60 रुपए मतलब इन्हां कोलों बोरो कीते सी, हुण तुसी वापस कर रहे सी 100 ते, ता इहदे कोल 40 टुटे नहीं सी, अगे तुसी 100 मोड़ता उन्होंने 40 तुहानूं करने वापस, किसे दिन 40 वापस लैण आ जाओ जां फिर किसे दिन लै चल जाऊंगा। ओ यार लोकी तां एवें मरी जांदे ने कि भाई लीडर कोई काम नहीं करदे, पता तां उदों लगदा जदों इन्नियां मीटिंगां करनियां पैंदियां ने। इन्नी डिमांड ना व्याहवां दे सीजन च गिप्पी दलजीत दी नहीं हुंदी जिन्नी इलैक्शनां च साडे यार दी हुंदी है। पार्टी दी एमरजेंसी मीटिंग जानी पार्टी मुश्किल घड़ी च इन्ना मौके ते तुसीं सिद्ध कर सकदे हो कि तुसीं दूसरे नालों किवें बेहतर हो, इसलिए मैनूं इह घड़ियां बहुत पसंद ने। युजवीर सर तेरी ही उड़ीक हो रही जी। इस एमरजेंसी मीटिंग का एजेंडा है गिल ग्रुप ऑफ कंपनीज का मालिक जगदीप सिंह गिल एजुकेशन स्कैम होने करके सेंटर ने 1,000 करोड़ की लागत वाली टेक्निकल यूनिवर्सिटी की कंस्ट्रक्शन से रोक ला देती है। वो यूनिवर्सिटी जिसका कॉन्ट्रैक्ट गिल नु मिलिया सी ते हुण ओ साडे तो खफा होके पार्टी फंड देने तो पिछे हट गया। इतना किदां मुकर जाऊगा, कली जाके खिचदा साले नू। दमन थे सूबे दी सियासत दी गल हो रही है, कोई शराब दे ठेकियां दी बोली दी नहीं। जे असी तेरे तौर तरीके नाल चलन लगदे तां असी सत्ता च ना हुंदे। सर जे हुक्म होवे तां मैं गिल नाल गल करदा। हां युधवीर तू गल करके वेख। मैनू सिर्फ गल्लां नाल चौल रिधण दी आदत नहीं, मैं गिल नूं मना के कल ही तुहाडे नाल उहदी गल करवाउणा। युधवीर जी बैठ, जदो मैं तेरी उम्र दा सी ना ता बिल्कुल तेरे वर्गा सी। मेहरबानी सर। नमन नहीं सर, तुसी मेरे वर्गे नहीं सी, तुसी अज भी शरीफ हो ते ओदो भी शरीफ सी, पर मैं साड़ी पार्टी नू इलेक्शन फंड मना करके ना साड़ी पार्टी दी हवा कट दिती है ते आप भूतनी दा हवा जुटारियां लाई जांदा। उड़ान जिन्नी मर्जी उच्ची होवे डिंपे, बंदे नू धरती ते दा मुड़ आउणा ही पैंदा। तुसी इत्थे रुको, मैं आया। युधवीर युधवीर क्यों बकानिया वांगू दूर खड़ा हाथ जोड़ी जाना है, नेड़े आ जफ्फी पाके मिल यार। दूर इसलिए क्योंकि लगदा तुसी सानू अपने वाली लिस्ट चो बाहर कढ दिता है, वैसे भी मेरे आउण ते तुहानू कोई खास खुशी होई नहीं लगदी। आउणा ते भेजण दे विच थोड़ा जा फर्क है, और थोड़ा जा फर्क तेरे और मेरे मेरे और लोक सेवा पार्टी दे रिश्ते च है। थोड़ा जा बड़ी जालम चीज हुंदा गिल साहब, जित नूं हार च बदल देण लई इह थोड़ा जा ही बस बहुत वड्डा फैक्टर प्ले कर जांदा। हमेशा जित दीआं गल्लां करन वाले युधवीर सिंह सिद्धू दे दिमाग च किते इलैक्शन दी हार दा डर तां नहीं बैठ गया? तुसी मेरी गल नहीं समझ लगदे गिल साहब, सिर्फ अंदाजे लगा रहे हो। सलामा हमेशा चढ़दे सूरज नूं हुंदिया ने, जिद्दन नूं सारे चलदे ने उद्दन नूं चलना ये भेटां दा सुभाव हुंदा। तुसी ये भेट चाल विच कदों दे विश्वास करन लग पए हो गिल साहब? पर मैं 200 करोड़ दा तमाशा भी नहीं देख सकता क्योंकि हारे हुए घोड़े ते दौ लाउणा गिल दी फितरत नहीं है। पैसे घोड़ सवार ते लाए जांदे आ, घोड़े ते नहीं, ते कोड़ सवार बदलन च देर नहीं लगती।
ਸਾਡਾ ਰਾਜਨੀਤੀ ਦਾ ਖਿਡਾਰੀ ਅੱਜ ਸ਼ਤਰੰਜ ਖੇਡੀ ਜਾਂਦਾ। ਪਤਾ ਨਹੀਂ ਕਿਹੜੀ ਬਾਜ਼ੀ ਲਾਉਣੀ ਇਹਨੇ। ਚੱਲ ਸੋਚ ਰਿਹਾ ਕਿ ਪਿਆਦਾ ਕੋਈ ਨਾ ਮਰੇ ਤੇ ਰਾਜਾ ਮਰ ਜੇ, ਕਿੱਦਾਂ ਹੋ ਸਕਦਾ? ਡਿੰਪੀ, ਸੀਐਮ ਸਾਹਿਬ ਨੂੰ ਕਹਿੰਦੇ ਗਿੱਲ ਨੂੰ ਲਾਈਨ ਤੇ ਲੈ ਆਂਦਾ। ਹੈਲੋ, ਸਤਿ ਸ੍ਰੀ ਅਕਾਲ ਸਰ। ਸਰ ਇਹ ਕਦੇ ਹੋ ਸਕਦਾ ਤੁਸੀਂ ਮੇਰੀ ਕੋਈ ਡਿਊਟੀ ਲਾਓ ਤੇ ਮੈਂ ਪੂਰੀ ਨਾ ਕਰਾਂ ਜੀ? ਬਹੁਤ ਮਿਹਰਬਾਨੀ ਸਰ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਉਹ ਭਾਈ ਯੁਧਵੀਰ, ਤੈਨੂੰ ਨਹੀਂ ਲੱਗਦਾ ਇਹ ਕਿੰਗ ਤੈਨੂੰ ਅੱਗੇ ਵਧਣ ਤੋਂ ਰੋਕ ਰਿਹਾ? ਫਿਰ ਲੱਭ ਕੋਈ ਹੱਲ। ਲੱਭ ਲਿਆ। ਓਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਗੁਰਪਿਆਰ ਸਿੰਘ ਜੀ ਦੀ ਅੱਜ ਸੜਕ ਹਾਦਸੇ ਵਿੱਚ ਹੋਈ ਮੌਤ ਪੂਰੇ ਸੂਬੇ ਦੇ ਲਈ ਇੱਕ ਬਹੁਤ ਵੱਡਾ ਸਦਮਾ ਬਣ ਗਈ ਹੈ। ਇਹ ਹਾਦਸਾ ਲੁਧਿਆਣਾ ਫਿਰੋਜ਼ਪੁਰ ਹਾਈਵੇ ਦੇ ਉੱਤੇ ਜਗਰਾਓਂ ਦੇ ਨੇੜੇ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਹੋਇਆ। ਟਰੱਕ ਡਰਾਈਵਰ ਫਰਾਰ ਹੈ। ਆਪਣੀ ਬੇਦਾਗ ਸ਼ਖਸੀਅਤ ਅਤੇ ਲੋਕ ਪੱਖੀ ਸਿਆਸਤ ਦੇ ਦਮ ਤੇ ਸਰਦਾਰ ਗੁਰਪਿਆਰ ਸਿੰਘ ਜੀ ਨੇ ਤਕਰੀਬਨ ਇੱਕ ਦਹਾਕਾ ਪੰਜਾਬ ਦੀ ਸਿਆਸਤ ਤੇ ਰਾਜ ਕੀਤਾ। ਦੇਖਣਾ ਹੁਣ ਇਹ ਹੋਵੇਗਾ ਕਿ ਲੋਕ ਸੇਵਾ ਪਾਰਟੀ ਦੀ ਖਾਲੀ ਹੋਈ ਇਸ ਸਭ ਤੋਂ ਅਹਿਮ ਜਗ੍ਹਾ ਨੂੰ ਕੌਣ ਭਰੇਗਾ। ਉਹਨਾਂ ਦੇ ਭਤੀਜੇ ਨੌਜਵਾਨ ਆਗੂ ਦਮਨਜੀਤ ਸਿੰਘ ਜਾਂ ਫਿਰ ਗੁਰਪਿਆਰ ਸਿੰਘ ਜੀ ਦੇ ਸਭ ਤੋਂ ਚਹੇਤੇ ਸਰਦਾਰ ਯੁੱਧਵੀਰ ਸਿੰਘ। ਇਹਨਾਂ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਦਮਨਜੀਤ ਸਿੰਘ ਕਰੇਗਾ ਤੇ ਅਗਰ ਸਾਡੀ ਪਾਰਟੀ ਜਿੱਤਦੀ ਹੈ ਤਾਂ ਸੀਐਮ ਦਾ ਕੈਂਡੀਡੇਟ ਵੀ ਦਮਨਜੀਤ ਸਿੰਘ ਹੀ ਹੋਵੇਗਾ। ਤੂੰ ਕਿਉਂ ਹੱਸ ਰਿਹਾ ਯੁੱਧਵੀਰ? ਹੱਸਣ ਦੀ ਗੱਲ ਕਰੋਗੇ ਪ੍ਰਧਾਨ ਸਾਹਿਬ ਤਾਂ ਹਾਸਾ ਹੀ ਆਏਗਾ। ਇਹ ਕਿਸੇ ਜੱਦੀ ਪੁਸ਼ਤੀ ਦੁਕਾਨ ਦਾ ਫੈਸਲਾ ਹੋ ਰਿਹਾ ਕਿ ਪਿਓ ਮਰ ਗਿਆ ਤਾਂ ਹੁਣ ਦੁਕਾਨ ਪੁੱਤ ਦੀ ਹੋ ਗਈ। ਕਿਉਂ ਬਈ? ਕੱਲ ਜੰਮੀ ਭੂਤਨੀ ਤੇ ਸੇਵਿਆਂ ਚ ਆਗ। 7 ਸਾਲ ਹੋਏ ਨੇ ਤੈਨੂੰ ਪਾਰਟੀ ਜੁਆਇਨ ਕੀਤਿਆਂ, ਮੈਨੂੰ ਤਾਂ ਸਾਰੀ ਸਿਆਸਤ ਪੰਘੂੜੇ ਚ ਮਿਲੀ ਹੈ। ਉਹ ਬਈ, ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਡੱਡੀਆਂ ਪਾਣੀ ਕਿਹੜੇ ਵੇਲੇ ਪਿੰਦੀਆਂ ਨੇ। ਓਏ, ਜ਼ੁਬਾਨ ਸੰਭਾਲ ਕੇ ਗੱਲ ਕਰ। ਓਏ, ਤੂੰ ਪੰਘੂੜੇ ਚ ਬਹਿ ਜਾ। ਓਏ ਓ ਭਾਈ, ਸਿਆਣੇ ਬਣੋ, ਸੀਐਮ ਦਾ ਫੈਸਲਾ ਬਾਅਦ ਹੋ ਜੂ। ਪਹਿਲਾਂ ਇਹ ਤਾਂ ਦੇਖ ਲੋ ਕਿ ਸਾਡੀ ਪਾਰਟੀ ਕੋਲ ਇੰਨੀਆਂ ਸੀਟਾਂ ਹੈਗੀਆਂ ਕਿ ਅਸੀਂ ਜਿੱਤ ਸਕੀਏ। ਜ਼ਰੂਰ ਜਿੱਤਾਂਗੇ। ਇਹ ਤੂੰ ਕਿਵੇਂ ਕਹਿ ਸਕਦਾ ਯੁੱਧਵੀਰ? 7 ਸਾਲਾਂ ਦੇ ਵਿੱਚ ਯੁੱਧਵੀਰ ਨੇ ਕੋਈ ਜ਼ੁਬਾਨ ਕੀਤੀ ਹੋਵੇ ਤੇ ਉਹ ਪੂਰੀ ਨਾ ਕਰਕੇ ਵਿਖਾਈ ਹੋਵੇ। ਬੋਲੋ ਜੀ ਪ੍ਰਧਾਨ ਸਾਹਿਬ, ਹੈ ਕੋਈ ਹੋਰ ਜਿਹਨੂੰ ਆਪਣੇ ਆਪ ਤੇ ਇੰਨਾ ਯਕੀਨ ਹੋਵੇ? ਠੀਕ ਹੈ ਪ੍ਰਧਾਨ ਸਾਹਿਬ, ਆਪਾਂ ਫਿਰ ਇੱਕ ਸੌਦਾ ਕਰਦੇ ਹਾਂ। ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਾਂ ਅਗਵਾਈ ਦਿੰਦੇ ਹਾਂ ਯੁੱਧਵੀਰ ਸਿੰਘ ਨੂੰ। ਜੇ ਇਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਸ਼ਾਨੋ ਸ਼ੌਕਤ ਦੇ ਨਾਲ ਜਿੱਤਦੀ ਹੈ ਤੇ ਫਿਰ ਪਾਰਟੀ ਦੇ ਸੀਐਮ ਵੀ ਯੁੱਧਵੀਰ ਸਿੰਘ ਹੋਣਗੇ। ਜੇਕਰ ਯੁੱਧਵੀਰ ਦੇ ਕਾਰਨ ਪਾਰਟੀ ਹਾਰ ਗਈ ਤਾਂ ਕਿੰਨਾ ਸੌਖਾ ਸੀ ਕਹਿਣਾ ਕਿ ਯੁੱਧਵੀਰ ਸੀਐਮ ਬਣੂਗਾ। ਕੀ ਪਾਰਟੀ ਤੋਂ ਓਪੀਨੀਅਨ ਲਿੱਤੀ ਹੈ? ਨਮਨ ਬਾਂਦਰ ਸੋ, ਬੱਦਲਾਂ ਦੀ ਖਬਰ ਲੈਣੀ ਹੋਵੇ ਤਾਂ ਉੱਡਦੇ ਪਰਿੰਦਿਆਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਪਾਰਟੀ ਹੁਣੇ ਫੈਸਲਾ ਕਰ ਲਵੇ ਕਿ ਕਿਸ ਨੂੰ ਸੀਐਮ ਕੈਂਡੀਡੇਟ ਚਾਹੁੰਦੀ ਹੈ, ਹੁਣੇ ਪਤਾ ਲੱਗ ਜਾਏਗਾ। ਇੱਥੇ ਸਾਰੇ ਐਗਜ਼ੀਕਿਊਟਿਵ ਪਾਰਟੀ ਮੈਂਬਰ ਬੈਠੇ ਨੇ ਤੇ ਜਿਹੜੇ ਵੀ ਚਾਹੁੰਦੇ ਆ ਕਿ ਸੀਐਮ ਕੈਂਡੀਡੇਟ ਯੁੱਧਵੀਰ ਸਿੰਘ ਬਣੇ, ਆਪਣੇ ਆਪਣੇ ਹੱਥ ਖੜੇ ਕਰ ਦਿਓ। ਸਿਰਫ 5-7 ਮੈਂਬਰਾਂ ਤੋਂ ਇਲਾਵਾ ਸਾਰੇ ਪਾਰਟੀ ਮੈਂਬਰ ਚਾਹੁੰਦੇ ਆ ਕਿ ਸੀਐਮ ਕੈਂਡੀਡੇਟ ਯੁੱਧਵੀਰ ਹੋਵੇ, ਤਾਂ ਮੈਂ ਸਰਬਸੰਮਤੀ ਨਾਲ ਮਤਾ ਪਾਸ ਕਰਦਾ। ਬਹੁਤ ਮਿਹਰਬਾਨੀ।
ਰੱਖਦੇ ਮੁੱਛਾਂ ਨੂੰ ਜਦ ਵੱਟ ਦਿੰਦੇ ਨੇ ਵੈਰੀ ਭਜਦੇ ਫਿਰਦੇ ਜਨਤਾ ਦੀ ਪਰਵਾਹ ਇਹ ਕਰਦੇ ਸਭ ਦੇ ਦਿਲ ਵਿੱਚ ਵਸਦੇ ਬੋਲ ਜਿਨ੍ਹਾਂ ਦੇ ਦਿਲ ਨੂੰ ਛੂੰਦੇ ਗੱਲਾਂ ਸੱਚੀਆਂ ਕਰਦੇ ਜੋ ਵੀ ਕਹਿੰਦੇ ਡਿੱਟਾ ਕਰਦੇ ਦਿਲ ਦੇ ਨੇ ਫੌਲਾਦ ਸਾਡੇ ਸੀਐਮ ਸਾਹਿਬ ਅਸੀਂ ਤੁਹਾਡੇ ਵੱਡੇ ਵੱਡੇ ਕੰਮ ਕਰਾਉਂਦੇ ਰੋਟੀ ਹੈ ਬਾਈ ਜੀ ਤੇ ਤੂੰ ਇੱਥੇ ਹੁੰਦੇ ਇਸ ਕੰਮ ਤੇ ਦੂਜਿਆਂ ਦਾ ਪੋਸਟਰ ਲਗਾਉਂਦਾ ਫਿਰਦਾ ਕੰਮ ਨਹੀਂ ਕਰਾਂਗੇ ਤੂੰ ਰੋਟੀ ਕਿੱਥੋਂ ਖਾਵੋਗੇ ਤੇਰੀ ਜ਼ੁਬਾਨ ਲੜਾਉਣਾ ਹਟ ਤੇਰੀ ਹਟ ਹੈਲੋ ਕੀ ਕਰ ਰਿਹਾ ਤੂੰ ਸਟੇ ਦੇ ਹੁਣ ਤੂੰ ਮੈਨੂੰ ਦੱਸੇਂਗਾ ਕਿ ਮੈਨੂੰ ਕੀ ਕਰਨਾ ਚਾਹੀਦਾ ਤੈਨੂੰ ਨਹੀਂ ਪਤਾ ਹੱਥ ਚੁੱਕਣ ਤੋਂ ਪਹਿਲਾਂ ਸੋਚ ਲੈ ਦਮਨ ਜਿਸ ਸੱਤਾ ਦੀ ਤਾਕਤ ਤੂੰ ਗੁਮਾਨ ਕਰਦਾ ਉਹ ਤਾਕਤ ਨੇ ਹੱਥ ਨਹੀਂ ਦਿੱਤੀ ਹੈ ਤੇ ਜੇ ਵੋਟਾਂ ਵਾਲੇ ਦਿਨ ਇਨ੍ਹਾਂ ਹੱਥਾਂ ਨੇ ਆਪਣੀ ਤਾਕਤ ਦਿਖਾਤੀ ਤਾਂ ਹੱਥ ਜੋੜਿਆ ਵੀ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਵੈਸੇ ਲਤੀਫਾ ਹੈ ਕਹਿੰਦੇ ਡੰਗਰ ਨੂੰ ਜੇ ਸੁੱਕਾ ਘਾਹ ਖਵਾਉਣਾ ਹੋਵੇ ਨਾ ਉਹਨੂੰ ਹਰੇ ਰੰਗ ਦੀਆਂ ਐਨਕਾਂ ਲਾ ਦਿਓ ਉਹਨੂੰ ਸਾਰਾ ਹਰਾ ਹੀ ਦਿਸਣ ਲੱਗ ਪੈਂਦਾ ਐਨਕਾਂ ਦਾ ਰੰਗ ਚੇਂਜ ਕਰ ਲਾ ਹੈ ਸ਼ਤਰੰਜੀ ਹਰ ਸ਼ਾਹ ਦੇ ਨੇਸ਼ਾ ਜਿੰਨੇ ਵੀ ਡਡਮੇ ਦੇ ਰਸਤੇ ਸਿੱਧੀ ਕਰ ਦੇਣ ਰਾ ਛੋਟੇ ਵੱਡਿਆਂ ਦੀ ਉਮੀਦਾਂ ਰੱਬ ਦਾ ਸਿਰ ਤੇ ਹੱਥ ਤਾਜ ਤਖਤ ਹਿਲਾ ਕੇ ਰੱਖਦੇ ਇੱਕੋ ਬਾਦਸ਼ਾਹ ਜੋ ਵੀ ਕਹਿੰਦੇ ਡਿੱਟਾ ਕਰਦੇ ਦਿਲ ਦੇ ਨੇ ਫੌਲਾਦ ਸਾਡੇ ਸੀਐਮ ਸਾਹਿਬ ਸਾਡੇ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਦੋਸਤੋ ਗੱਲ ਨਵੇਂ ਜਾਂ ਪੁਰਾਣੇ ਦੀ ਨਹੀਂ ਗੱਲ ਹੈ ਹੱਕ ਦੀ ਸੱਚ ਦੀ ਇਨਸਾਫ ਦੀ ਉਹ ਸਿਰਫ ਗੱਲਾਂ ਕਰਨ ਨਾਲ ਰਾਜਨੀਤੀ ਨਹੀਂ ਚੱਲਦੀ ਰਾਜਨੀਤੀ ਚੱਲਦੀ ਹੈ ਸੋਚ ਦੇ ਨਾਲ ਤੇ ਸੋਚ ਹਮੇਸ਼ਾ ਉਮਰ ਤੇ ਤਜੁਰਬੇ ਨਾਲ ਹੀ ਆਉਂਦੀ ਹੈ ਰਾਜਨੀਤੀ ਕਰਨ ਲਈ ਤਜੁਰਬੇ ਦੀ ਜ਼ਰੂਰਤ ਹੋ ਸਕਦੀ ਹੈ ਪਰ ਸੇਵਾ ਕਰਨ ਲਈ ਕਿਸੇ ਤਜੁਰਬੇ ਦੀ ਜ਼ਰੂਰਤ ਨਹੀਂ ਅਸੀਂ ਜ਼ਿੰਦਗੀ ਚ ਕਾਮਯਾਬ ਹੋਣ ਲਈ ਕੀ ਚਾਹੁੰਦੇ ਹਾਂ ਗਿਆਨ ਹੁਨਰ ਧਨ ਦੌਲਤ ਖੁਸ਼ਹਾਲੀ ਔਰਤ ਦਾ ਸਨਮਾਨ ਕੀਤੇ ਤੋਂ ਬਗੈਰ ਅਸੀਂ ਇਹਨਾਂ ਤਿੰਨੋਂ ਚੀਜ਼ਾਂ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਤੇ ਪੰਜਾਬ ਵਿੱਚ ਰਹਿੰਦੇ ਹੋਏ ਇਸ ਤੋਂ ਵੱਡੀ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ ਕਿਉਂਕਿ ਸਾਡੀ ਗੁਰਬਾਣੀ ਵਿੱਚ ਵੀ ਲਿਖਿਆ ਸੋ ਕੋ ਮੰਦਾ ਆਖੀਐ ਜਿੱਤ ਜੰਮੇ ਰਾਜਾਂ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੀ ਮਾਂ ਭੈਣ ਬਹੂ ਬੇਟੀ ਦਾ ਸਨਮਾਨ ਕਰਨਾ ਸ਼ੁਰੂ ਕਰਾਂਗੇ ਤਾਂ ਸਮਾਜ ਦੇ ਵਿੱਚ ਇਹ ਆਪਣੇ ਆਪ ਇੱਕ ਲਹਿਰ ਬਣ ਜਾਏਗੀ ਕਿਸੇ ਸਿਆਣੇ ਨੇ ਬਿਲਕੁਲ ਸਹੀ ਕਿਹਾ ਕਿ ਮਰਦ ਔਰਤ ਤੋਂ ਬਗੈਰ ਉਸ ਦਰਖਤ ਵਰਗਾ ਜਿਹਦੀਆਂ ਨਾ ਟਾਹਣੀਆਂ ਤੇ ਨਾ ਪੱਤੇ ਸਤਿ ਸ੍ਰੀ ਅਕਾਲ ਇਹਨੂੰ ਕੀ ਹੋਏ ਅਸੀਂ ਬੰਦਿਆਂ ਦਾ ਇਲਾਜ ਕਰ ਸਕਦੇ ਹਾਂ ਪਰ ਇਹਦਾ ਨਹੀਂ ਬਾਕੀ ਬਾਅਦ ਚ ਦੇਖ ਲਾਂਗੇ ਪਹਿਲਾਂ ਇਹਨੂੰ ਸੂਤ ਕਰ ਲਈਏ ਪਤੰਦਰੂ ਕੁਛ ਤਾਂ ਸ਼ਰਮ ਕਰੋ ਮੈਂ ਹੁਣੇ ਔਰਤ ਦੇ ਸਨਮਾਨ ਬਾਰੇ ਭਾਸ਼ਣ ਤੇ ਖੇਡਿਆ ਤਮੰਗਲੋ ਜਿੱਤੋਗੇ ਕਿੱਦਾਂ ਮੰਗਣ ਵਾਲਿਆਂ ਨੂੰ ਜਿੱਤਣ ਦਾ ਕੋਈ ਹੱਕ ਨਹੀਂ ਮੈਨੂੰ ਤੁਹਾਡੀ ਵੋਟ ਨਹੀਂ ਸਿਰਫ ਪਿਆਰ ਚਾਹੀਦਾ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹੋਇਆ ਮਾਤਾ ਜੀ ਨੂੰ ਮਾਤਾ ਜੀ ਨੂੰ ਕੈਂਸਰ ਹੋਇਆ ਉਹ ਕੈਂਸਰ ਹੋਇਆ ਤਾਂ ਹਸਪਤਾਲ ਲੈ ਕੇ ਜਾਣਾ ਸੀ ਅਸੀਂ ਹਸਪਤਾਲ ਕਾਹਦੇ ਲਈ ਬਣਾਏ ਹਸਪਤਾਲ ਚ ਗਰੀਬਾਂ ਦੀ ਕੌਣ ਸੁਣਦਾ ਨਾ ਸਾਡੇ ਕੋਲ ਪੈਸਾ ਡਿੰਪੀ ਇੰਦਰ ਯਾਰ ਮਾਤਾ ਜੀ ਨੂੰ ਹੁਣੇ ਹਸਪਤਾਲ ਪਹੁੰਚਾਓ ਠੀਕ ਹੈ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਤੁਹਾਡੀ ਖੱਜਲ ਖੁਆਰੀ ਹੁੰਦੀ ਹੈ
ਤੁਹਾਡਾ ਕੋਈ ਕੰਮ ਨਹੀਂ ਹੁੰਦਾ। ਤੁਸੀਂ ਮੈਨੂੰ ਆ ਕੇ ਦੱਸੋ, ਮੈਂ ਆਪ ਤੁਹਾਡੇ ਨਾਲ ਚੱਲੂਗਾ। ਬਾਈ ਜੀ ਵੋਟ ਤਾਂ ਮੰਗ ਲਓ। ਮੈਂ ਵੋਟ ਮੰਗਣ ਨਹੀਂ, ਤੁਹਾਡੀ ਸਪੋਰਟ ਮੰਗਣਾ ਹੈ। ਤੁਹਾਡੇ ਸਾਥ ਤੇ ਸਾਡੀ ਸਰਕਾਰ ਦੀ ਮਿਹਨਤ ਦਾ ਸਦਕਾ ਸੂਬਾ ਤਰੱਕੀ ਵੱਲ ਵੱਧ ਰਿਹਾ, ਪਰ ਪੰਜਾਬ ਨੇ ਹਾਲੇ ਅੱਗੇ ਬਹੁਤ ਤਰੱਕੀ ਕਰਨੀ ਹੈ, ਜਿਸ ਵਿੱਚ ਤੁਹਾਡੇ ਸਾਥ ਦੀ ਜ਼ਰੂਰਤ ਹੈ। ਬਹੁਤ ਮਿਹਰਬਾਨੀ। ਚੰਗੀ ਤਰ੍ਹਾਂ ਜਾਣਦਾ ਕਿ ਕਿਵੇਂ ਵਿਰੋਧੀ ਪਾਰਟੀਆਂ ਸਾਡੀ ਪਾਰਟੀ ਦਾ ਅਕਸ ਵਿਗਾੜਨ ਲਈ ਦਿਨ ਰਾਤ ਤਰਲੋ ਮੱਛੀ ਹੋ ਰਹੀਆਂ, ਪਰ ਮੇਰੇ ਵੀਰੋ ਸਾਥੋਂ ਵੱਧ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਸਾਡੇ ਇਮਾਨਦਾਰ ਤੇ ਦਰਵੇਸ਼ ਸਿਆਸਤਦਾਨ ਸਨ। ਥਲੇ ਨੂੰ ਹੋਇਆ ਤੀ ਹੈ, ਉਹ ਇਹ ਤਲਦੀ ਤਿਉ ਨਹੀਂ ਇਹ ਭਾਜੀ। ਤਾਈ ਤੇ ਕਹਿੰਦੇ ਨੇ ਯਾਰ ਤੇ ਹਥਿਆਰ ਨੂੰ ਚਲਾਉਣ ਤੋਂ ਪਹਿਲਾਂ ਪਰਖ ਲੈਣਾ ਚਾਹੀਦਾ ਹੈ। ਬਤਵਾਸ ਬੰਦ ਕਰ ਲੋ। ਸਾਡਾ ਵਿਰਸਾ ਹੈ ਯਾਰੋ ਕੁਰਬਾਨੀਆਂ ਦਾ, ਗਊ ਗਰੀਬ ਲਈ ਜਾਨ ਵੀ ਵਾਰ ਦਈਏ। ਐ ਮਾਂ ਭਾਗੋ ਦੇ ਹੱਥਾਂ ਦੇ ਪਲੇ ਹੋਇਆ, ਅੱਖ ਦੇ ਰੋਬ ਨਾਲ ਪੱਥਰ ਵੀ ਪਾੜ ਦਈਏ। ਥਾਲਾ ਤੁੱਤਾ ਉਂਤ ਬੁੱਧਾ ਹੋ ਜੂ, ਪਰ ਉਹਨੂੰ ਮੂਤਨਾ ਨਹੀਂ ਆਉਣਾ। ਲੈ ਫਲਾਏ ਦਿਨ ਭਾਜੀ, ਇੱਥੇ ਦੋ ਦੋ ਊਤ ਨੇ। ਤੇ ਤਿਹਾ ਭਾਜੀ ਊਤ ਡੋਲੇ ਮਾਨੂੰ ਥਲੇ ਦੇ ਫਲਾਏ ਦਿਨ। ਧਿਆਨ ਰੱਖੀ ਬਿਲਿਆ, ਕੰਮ ਬੜੀ ਸਫਾਈ ਨਾਲ ਕਰਨਾ। ਦੁਨੀਆ ਜਾਣਦੀ ਹੈ ਬਿੱਲੇ ਨਾਗਣੀ ਦਾ ਨਿਸ਼ਾਨਾ ਤੇ ਜ਼ੁਬਾਨ ਮੇਰੇ ਸਾਲੇ ਤੇ ਦੋਵੇਂ ਪੱਕੇ ਨੇ। ਸ਼ਾਬਾਸ਼, ਗੁੱਡ ਲੱਕ। ਤੇ ਨਾ ਕਿਸੇ ਵੱਡੇ ਲੀਡਰ ਵੱਲ ਵੇਖ ਕੇ। ਮੈਂ ਇੱਕ ਐਸੇ ਕਿਸਾਨ ਦਾ ਪੁੱਤ ਹਾਂ ਜਿਹੜਾ ਸਾਰੀ ਉਮਰ ਲੋਕਾਂ ਲਈ ਜੀਵਿਆ ਤੇ ਲੋਕਾਂ ਲਈ ਮਰਿਆ। ਬੇਸ਼ਰਮਾ, ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ ਤੋਂ ਮੈਂ ਇਹੀ ਸਿੱਖਿਆ ਕਿ ਭਲਾ ਉਹਨਾਂ ਲੋਕਾਂ ਦਾ ਕੀਤਾ ਜਾ ਸਕਦਾ ਜੋ ਆਪਣਾ ਭਲਾ ਖੁਦ ਕਰਨਾ ਚਾਹੁੰਦੇ। ਇਹ ਦੁਨੀਆ ਮੰਨਦੀ ਪੁੱਤਰ ਮੇਰੀ ਰਾਜਨੀਤੀ ਨਹੀਂ, ਬਹੁਤ ਸੇਵਾ। ਸਪੋਰਟ ਮੰਗਣਾ। ਉੱਠੋ, ਬੜਾ ਵੱਡਾ ਸ਼ੂਟਰ ਕਹਿੰਦਾ ਆਪਣੇ ਆਪ ਨੂੰ।
ਐਦਾਂ ਕਿੱਦਾਂ ਬਚ ਗਿਆ ਸਾਲਾ? ਭਾਜੀ ਮੇਰੀ ਡੋਲੀ ਤਾਂ ਤੱਲੀ ਹੋ ਗਈ। ਕਿਹਾ ਕੀ ਹੋਇਆ? ਬਾਜ਼ੀ ਦਾ ਇੱਕ ਹੋਰ ਨਵਾਂ ਮੋਹਰਾ। ਓਕੇ, ਕਾਲ ਯੂ ਬੈਕ। ਮੀਡੀਆ ਤਾਂ ਵੈਸੇ ਆਲਮੋਸਟ ਸਾਰਾ ਹੀ ਇਕੱਠਾ ਹੋ ਗਿਆ। ਠੀਕ ਹੈ। ਘਬਰਾਉਣ ਦੀ ਕੋਈ ਲੋੜ ਨਹੀਂ, ਇੱਕ ਦੋ ਦਿਨ ਰੈਸਟ ਕਰੋਗੇ ਤਾਂ ਸਭ ਕੁਝ ਠੀਕ ਹੋ ਜਾਏਗਾ। ਓਕੇ, ਆਓ ਜੀ। ਸਟਾਰ ਰਿਪੋਰਟਰ ਅੰਜਲੀ ਜੀ, ਹੋਰ ਕੋਈ ਨਵੀਂ ਤਾਜ਼ੀ? ਬਸ ਜੀ, ਫਿਰ ਜੀ ਚੜੀ ਜਾਂਦੇ ਹੋ ਕਾਮਯਾਬੀ ਦੀਆਂ ਪੌੜੀਆਂ। ਛਮਾ ਛਮ ਛਮਾ ਛਮ। ਹਾਂਜੀ, ਮਾਫ ਕਰਨਾ, ਤੁਹਾਡੀ ਇਸ ਤਰੱਕੀ ਦੇ ਵਿੱਚ ਦੋ ਚਾਰ ਪੌਦੇ ਤੇ ਅਸੀਂ ਵੀ ਲਾਏ ਨੇ ਨਾ? ਬਿਲਕੁਲ ਜੀ, ਬਿਲਕੁਲ, ਅਸੀਂ ਤੇ ਮੁੱਕ ਰਹੇ ਹਾਂ ਜੀ। ਨੋ ਡਾਊਟ। ਕਹਿੰਦੇ ਨਾ, ਸਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ। ਤੁਸੀਂ ਬਸ ਆਪਣੇ ਚੈਨਲ ਤੇ ਯੁੱਧਵੀਰ ਦੀ ਚਰਚਾ ਚਲਾਈ ਰੱਖੋ। ਬਾਕੀ ਜਦੋਂ ਕਿਤੇ ਐਕਸਕਲੂਸਿਵ ਇੰਟਰਵਿਊ ਚਾਹੀਦੀ ਹੋਏਗੀ ਯੁੱਧਵੀਰ ਦੀ, ਦਾਸ ਨੂੰ ਯਾਦ ਕਰਿਓ ਜੀ। ਐਕਸਕਲੂਸਿਵ ਨਹੀਂ ਕਿਸੇ ਹੋਰ ਚੈਨਲ ਤੇ ਚੱਲਣ ਦਿੰਦਾ ਮੈਂ। ਬਿਲਕੁਲ। ਤੇ ਫੇਰ ਮੈਂ ਹੁਣ ਮਿਲ ਸਕਦੀ ਹਾਂ? ਹਲੇ ਨਹੀਂ, ਹਲੇ ਨਹੀਂ। ਕਿਉਂ? ਯੁੱਧਵੀਰ ਆਰਾਮ ਕਰ ਰਿਹਾ। ਤਾਂ ਫਿਲਹਾਲ ਟੀਵੀ ਤੇ ਇਹ ਖਬਰ ਚਲਾਈ ਰੱਖੋ ਕਿ ਬੰਦੂਕ ਚੱਲੀ, ਗੋਲੀ ਨਿਕਲੀ ਤੇ ਬਾਂਹ ਰਗੜ ਕੇ ਨਿਕਲ ਗਈ। ਇਹਦੀ ਨਲਾਇਕ ਦੀ ਨਾ ਮੰਨਿਓ, ਅੱਧੀ ਖਬਰ ਦਿੰਦਾ ਹੁੰਦਾ ਕਿਉਂ ਭਈ? ਨਾਲ ਐਕਸਕਲੂਸਿਵ ਬਿਆਨ ਵੀ ਚਲਾਉਣਾ ਯੁੱਧਵੀਰ ਦਾ ਤੁਸੀਂ। ਜਿਵੇਂ ਕਿ ਯੁੱਧਵੀਰ ਹੁਣਾਂ ਨੇ ਕਿਹਾ ਕਿ ਅਜੇ ਤੱਕ ਦੁਨੀਆਂ ਦੇ ਵਿੱਚ ਉਹ ਗੋਲੀ ਨਹੀਂ ਬਣੀ ਜਿਹੜੀ ਮੇਰੇ ਔਰ ਮੇਰੇ ਆਵਾਮ ਦੇ ਦਰਮਿਆਨ ਆ ਕੇ ਖੜੀ ਹੋ ਸਕੇ ਔਰ ਮੈਨੂੰ ਜਨਤਾ ਦੀ ਸੇਵਾ ਕਰਨ ਤੋਂ ਰੋਕ ਸਕੇ। ਤਾਲੀਆਂ। ਵਾਹ ਵਾਹ ਵਾਹ। ਓਏ ਯੁੱਧਵੀਰ, ਵਾਹ ਜੀ ਵਾਹ। ਬੰਦੂਕ ਅਜੇ ਠੰਡੀ ਵੀ ਨਹੀਂ ਹੋਈ ਤੇ ਪੇਸ਼ੈਂਟ ਉੱਠ ਕੇ ਵੀ ਖੜਾ ਹੋ ਗਿਆ। ਚਲੋ ਯਾਰ, ਥੋੜਾ ਰੁਕ ਕੇ ਚੱਲਦੇ ਆ ਭਰਾ, ਆਰਾਮ ਕਰ ਲੈ ਬਈ। ਓਏ ਵੀਰ, ਕੀ ਹੋਇਆ? ਓ ਵੀਰ, ਹੈਲੋ ਹੈਲੋ, ਇੱਧਰ ਚੱਲਣਾ ਆਪਾਂ। ਯੁੱਧਵੀਰ, ਹੋਰ ਗੱਲਾਂ ਦੀਆਂ ਗੱਲਾਂ, ਸਪੀਚ ਤੇਰੀ ਸੁਣਨ ਵਾਲੀ ਹੁੰਦੀ ਹੈ। ਮੈਂ ਕਿਹਾ ਕਿਆ ਟਕਾ ਟਕਾ ਕੇ ਸ਼ੇਰ ਮਾਰਦਾ। ਉਹ ਕੀ ਸੀ? ਪੱਥਰ ਤੇ ਵਾਹਣੀ ਲੀਕ ਤੇ ਐਵੇਂ ਫੋਕੀਆਂ ਫੜਾ ਮਾਰਨੀਆਂ ਤਾੜੀਆਂ। ਓਏ ਕੀ ਹੋਇਆ? ਤਿੰਨਾਂ ਦਿਨਾਂ ਚ ਵੋਟਾਂ ਪੈ ਜਾਣੀਆਂ ਫਿਰ ਉਸ ਪ੍ਰਧਾਨ ਦਾ ਵੀ ਮੂੰਹ ਆਪੇ ਬੰਦ ਹੋ ਜਾਣਾ। ਜ਼ਰਾ ਚੁੱਪ ਕਰੋ ਯਾਰ। ਯਾਰ ਸਾਨੂੰ ਚਾ ਹੀ ਇੰਨਾ ਚੜਿਆ ਹੋਇਆ, ਸਾਡੇ ਪੈਰ ਨੀ ਪੁੰਝੇ ਲੱਗਦੇ ਪਏ। ਤੂੰ ਸਾਨੂੰ ਚੁੱਪ ਕਰਾਈ ਜਾਣਾ, ਉਹ ਸੀ ਐਮ ਬਣਨ ਵਾਲਾ ਤੂੰ। ਗੱਡੀ ਰੁਕ। ਕਿਉਂ, ਕੀ ਹੋਇਆ? ਇੰਦਰ ਗੱਡੀ ਰੋਕ। ਉਹ ਰੋਕਦੇ ਆ ਬਾਬਾ, ਉਹ ਰੋਕਦਾ। ਓਕੇ ਓਕੇ ਓਕੇ। ਨੈਟਵਰਕ ਦਾ ਬੇੜਾ ਕਰਕੇ ਯਾਰ ਇੱਥੇ। ਹੈਲੋ, ਓਏ ਡਿੰਪੀ, ਓ ਯਾਰ ਬਾਅਦ ਚ ਕਰਦਾ ਕਾਲ ਤੈਨੂੰ। ਹੈਲੋ, ਖੇਤੀ ਕਾਟੀ ਯਾਰ, ਪਤਾ ਨਹੀਂ ਕਿੱਧਰ ਗਿਆ ਤੇ ਮਗਰ ਲਾ। ਨੀਲੇ ਵਾਲ ਦੀ ਦੇ ਦੇ ਟਿਕਟ। ਕਿੰਨੇ ਪੈਸੇ ਸਰ? ਤੁਹਾਨੂੰ ਟਿਕਟ ਦੀ ਕੀ ਲੋੜ ਹੈ? ਮੈਂ ਕਿਹਾ ਟਿਕਟ ਦੇ ਨਾ ਇੱਕ ਭਰਾਵਾ। ਨਹੀਂ ਨਹੀਂ ਸਰ, ਮੈਂ ਨਹੀਂ ਦੇ ਸਕਦਾ। ਮੈਂ ਤੈਨੂੰ ਕਿਹਾ ਨਾ ਯਾਰ, ਪੈਸੇ ਲੈ। ਨਹੀਂ ਸਰ, ਪੈਸੇ ਨਹੀਂ। ਪੈਸੇ ਲੈ ਤੂੰ ਆਪਣੀ ਟਿਕਟ ਦੇ। ਠੀਕ ਹੈ ਜੀ। ਆ ਲੋ ਜੀ। ਚਲੋ ਜੀ ਨੀਲੀ ਆਣ ਵਾਲੇ।
ਕਾਕਾ ਜੀ ਤੁਸੀਂ? ਮੈਂ ਕਿੱਥੇ ਸੀ ਤੂੰ? ਦਰਵਾਜ਼ਾ ਖੋਲਣ ਤੇ ਇੰਨਾ ਟਾਈਮ ਲਾਤਾ? ਕੰਮ ਕਰਦਾ ਸੀ ਜੀ। ਅੱਛਾ ਅੱਛਾ, ਵਾਹ ਰੱਬਾ, ਅੱਜ ਤੇ ਕਮਾਲ ਹੀ ਹੋ ਗਈ। ਅੱਜ ਕਾਕਾ ਜੀ ਕਿੱਦਾਂ ਰਸਤਾ ਭੁੱਲ ਗਏ? ਕਾਕਾ ਜੀ ਪਾਣੀ ਲਿਆਵਾਂ? ਪਾਣੀ? ਹਾਂ ਬੁੱਟ ਚਾਚੇ, ਉਹ ਪਾਣੀ ਦਾ ਟੱਪ ਭਰ ਦੇ, ਮੈਂ ਨਹਾਉਣਾ। ਠੀਕ ਆ। ਉਹ ਬੱਲੇ, ਸਰਕਾਰਾਂ ਵੀ ਆਈਆਂ ਬਈ। ਖੜਿਆ ਜੇ ਆਓ ਬੈਠੇ ਜੀ ਤੁਹਾਡੇ ਸੀਐਮ ਸਾਹਿਬ। ਵਾਹ ਜੀ ਵਾਹ, ਪ੍ਰਚਾਰ ਬੰਦ ਹੋਣ ਦੀ ਖੁਸ਼ੀ ਵਿੱਚ ਸਾਡਾ ਭਰਾ ਛੁੱਟੀ ਮਨਾਉਣ ਪਿੰਡ ਆਇਆ। ਬਈ ਜੇ ਤੂੰ ਇੱਥੇ ਪਿੰਡ ਹੀ ਆਉਣਾ ਹੈ, ਸਾਡੇ ਨਾਲ ਆਜਾ, ਸਾਡੀ ਗੱਡੀ ਦੀਆਂ ਸੀਟਾਂ ਚੁੱਭਦੀਆਂ, ਬੱਸ 'ਚ ਧੱਕੇ ਖਾਂਦਾ ਆਇਆ। ਚੱਲ ਪੁੱਛਦੇ ਹਾਂ। ਹਾਂ ਜਿੰਦਰ, ਕਿੱਦਾਂ? ਕੀ ਹੋਇਆ ਵੀਰ, ਠੀਕ ਨੀ ਲੱਗਦਾ? ਇਹਦਾ ਮਤਲਬ ਕੰਮ ਫਤਿਹ ਹੈ। ਕਾਕਾ ਜੀ ਪਾਣੀ ਤਿਆਰ ਆ ਜੀ, ਨਹਾ ਲਓ। ਅੱਛਾ ਇੱਕ ਗੱਲ ਮੇਰੀ ਯਾਦ ਰੱਖੀ ਕਾਕਾ, ਹੁਣ ਮੀਡੀਆ ਨਾਲ ਜਿੰਨਾ ਵੀ ਇੰਟਰਵਿਊ। ਹਾਂ ਵੀ ਤੁਹਾਡਾ ਕੀ ਪ੍ਰੋਗਰਾਮ ਆ? ਨਹਾਉਣਾ? ਨਹੀਂ ਠੀਕ ਆ ਸੀ ਤਾਂ। ਸਰਦਾਰ ਜੀ ਚੜਾਈ ਹੈ, ਤਿਆਰ ਹੋ ਜਾਓ। ਚੱਲ ਠੀਕ ਹੈ। ਹਾਂ ਠੀਕ ਹੈ ਜਿੰਦਰ, ਮੁਬਾਰਕਾਂ ਜੀ, ਚੜਾਈ ਹੋ ਗਈ, ਗੋਲੀ ਵਾਲਾ ਕਾਂਡ ਕੰਮ ਕਰ ਗਿਆ ਆਪਣਾ, ਮੀਡੀਆ 'ਚ ਛਾਏ ਪਏ ਆ ਇਸ ਵੇਲੇ। ਸ਼ਾਬਾਸ਼। ਗੌਰਤਲਬ ਹੈ ਕਿ ਯੁੱਧਵੀਰ ਸਿੰਘ ਸਿੱਧੂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਆਪਣੇ ਇਸ ਫੈਸਲੇ ਤੇ ਕਾਇਮ ਨੇ ਕਿ ਉਹ ਕਦੇ ਵੀ ਆਪਣੇ ਨਾਲ ਸਿਕਿਉਰਿਟੀ ਨਹੀਂ ਰੱਖਣਗੇ। ਬਹਿਰਹਾਲ ਇਹ ਹਮਲਾ ਕਿਹਦੇ ਵੱਲੋਂ ਹੋਇਆ ਹੈ, ਇਸ ਗੁੱਥੀ ਦਾ ਕੋਈ ਵੀ ਸਿਰਾ ਹਲੇ ਤੱਕ ਪੁਲਿਸ ਨੂੰ ਨਹੀਂ ਮਿਲਿਆ ਹੈ, ਲੇਕਿਨ ਇਹ ਜ਼ਾਹਿਰ ਹੈ ਕਿ ਲੋਕਾਂ 'ਚ ਇਸ ਪ੍ਰਤੀ ਬੜਾ ਭਾਰੀ ਰੋਸ ਹੈ ਤੇ ਇਸ ਵੇਲੇ ਪੂਰੇ ਪੰਜਾਬ ਦੀ ਜ਼ੁਬਾਨ ਤੇ ਸਿਰਫ ਇੱਕ ਹੀ ਨਾਮ ਹੈ, ਯੁੱਧਵੀਰ ਤੇਰੀ ਸੋਚ ਤੇ। ਯੁੱਧਵੀਰ ਤੇਰੀ ਸੋਚ ਤੇ। ਯੁੱਧਵੀਰ ਤੇਰੀ ਸੋਚ ਤੇ। ਦਮਨ ਤਾਂ ਦੌੜੂ ਇੰਡੀਆ ਛੱਡ ਕੇ ਨਹੀਂ। ਉਹ ਕਿੱਧਰ ਨੂੰ ਭਾਈ? ਖੇਤ ਨੂੰ। ਏਦਾਂ ਦੇ ਗਲੀਆਂ 'ਚ ਕੋਈ MC ਨਹੀਂ ਤੁਰਿਆ ਫਿਰਦਾ ਜਿੱਦਾਂ ਸਾਡਾ CM ਤੁਰਿਆ ਫਿਰਦਾ ਯਾਰ। ਉਹ ਚੱਲ ਯਾਰ, ਸਤਿ ਸ੍ਰੀ ਅਕਾਲ। ਆ ਪੁੱਤ ਯੁੱਧਵੀਰ। ਸਤਿ ਸ੍ਰੀ ਅਕਾਲ ਚਾਚਾ ਜੀ। ਜਿਉਂਦਾ ਰਹਿ ਪੁੱਤ, ਮਿਰਚਾਂ ਵਾਰਿਆ ਕਰ ਆਪਣੇ ਸਿਰ ਤੋਂ, ਚੰਦਰੀ ਨਜ਼ਰ ਲੱਗ ਜਾਂਦੀ ਹੈ ਲੋਕਾਂ ਦੀ। ਵੈਸੇ ਤੂੰ ਚੱਲਿਆ ਕਿੱਧਰ ਹੁਣ? ਖੇਤ ਚੱਲਿਆ ਸੀ। ਘਰੇ ਜਾ ਕੇ ਆਰਾਮ ਕਰ ਲੈਣਾ ਸੀ ਥੋੜਾ, ਉੱਥੇ ਕਿਹੜਾ ਹਨੇਰੀ ਆ ਰਹੀ ਸੀ। ਚਾਚਾ ਹੁਣ ਘਰੇ ਵੀ ਕਿੰਨੀ ਕੁ ਦੇਰ ਬੈਠਾ ਰਹੂੰ? ਜੋ ਹੋਣਾ ਸੀ ਉਹ ਤਾਂ ਹੋ ਗਿਆ। ਹੋਰ ਕਰਮੂ ਦਾ ਕੀ ਹਾਲ ਹੈ? ਬਿਲਕੁਲ ਠੀਕ ਆ, ਉਹ ਆਪਣੇ ਮੁੰਡੇ ਨੂੰ ਟਿਊਸ਼ਨ ਤੋਂ ਲੈਣ ਗਈ ਹੋਈ ਆ। ਉਹ ਆਪਣੇ ਮੁੰਡੇ ਨੂੰ? ਆਪਾਂ ਤੁਸੀਂ ਖੇਡੋ ਤਾਸ਼ ਹੈ। ਉਹਦਾ ਵਿਆਹ ਕਦੋਂ ਹੋਇਆ? ਟਾਈਫਾਇਡ ਸੀ। ਚਲੋ ਬੱਲੇ ਓ ਜਵਾਨਾ, ਖੁਸ਼ ਕੀਤਾ ਈ। ਅੱਛਾ ਬਾਸ਼, ਬਦਾਮ ਵਧਾ ਹੋਏ ਦੇ। ਅਰੇ ਮਰ, ਚਲੋ ਡੰਡ ਡੁੰਡ ਵਧਾ ਹੋਏ ਦੇ। ਚਲੋ ਕੌਣ ਬਾਈ ਜੀ? ਆ ਸਾਲਾ ਆਪਣੇ ਪਿੰਡ ਵਿੱਚ ਪੁੱਕੀ ਵੇਚਦਾ। ਅੱਛਾ ਭੂਤ ਨੀ ਦਿਆ, ਭੈਣ ਦੀ ਨਵੀਂ ਪਨੀਰੀ ਤਾਂ ਪਹਿਲੇ ਦੁੱਧ ਘਿਓ ਨੂੰ ਮੂੰਹ ਲਾ ਕੇ ਰਾਜੀ ਨੀ, ਤੇ ਤੂੰ ਚੰਗਾ ਉਹਨਾਂ ਨੂੰ ਸੁੱਕੇ ਮੇਵਿਆਂ ਤੇ ਲਾਉਣ ਲੱਗਾ ਹੈ? ਬੋਲ ਉਹ ਯਾਰ, ਰਿੰਗ ਟੋਨਾਂ ਲਾਈਆਂ, ਇਹਨਾਂ ਤੇ ਗੌਰ ਵੀ ਕਰ ਲਿਆ ਕਰੋ। ਬਾਈ ਮਾਫ ਕਰ ਦਿਓ, ਬਸ ਆਹ ਹੀ ਹੈ। ਉਹ ਤੇਰੇ ਕੰਨ ਤੇ ਇੱਕ ਪੈਣੀ ਤੇ 3 ਮਹੀਨੇ ਨਾ ਤੇਰੇ ਕੰਨਾਂ ਚੋਂ ਟੈਂ ਟੈਂ ਹੁੰਦੀ ਰਹੂਗੀ। ਮਾਫੀ ਤਾਂ ਤੇਰੇ ਫਰਿਸ਼ਤਿਆਂ ਨੂੰ ਵੀ ਨਹੀਂ ਮਿਲਣੀ, ਤੇ ਤੂੰ ਕਿਹੜੀਆਂ ਗੱਲਾਂ ਕਰਦਾ?
ਨਸ਼ਿਆਂ ਨੇ ਖਾ ਲਿਆ ਜਵਾਨੀ ਗਾਲਤੀ ਕੋਈ ਦਸਾਂ ਸਾਲਾਂ ਤੱਕ ਦਾ ਨਿਆਣਾ ਨੀ ਛੱਡਿਆ ਇਹਨਾਂ ਨੇ ਦਿਲ ਤੱਕ ਕਰਦਾ ਜੀ ਮਾਰ ਦਿਓ ਇਹਨਾਂ ਨੂੰ ਉਹ ਕਿੱਧਰੋਂ ਸੂਰਜ ਚੜਿਆ ਬਿਨਾ ਬਹਾਰੋਂ ਹੀ ਕੋਲਾਂ ਕੂਕ ਰਹੀਆਂ ਅੱਜ ਤਾਂ ਛੱਡ ਵੀਰ ਚੱਲ ਚੱਲੀਏ ਚੱਲ ਉਹ ਠਹਿਰ ਜਾਓ ਉਹ ਏਡੀ ਵੀ ਕਿਹੜੀ ਕਾਲ ਆ ਉਹ ਰੁਕ ਜਾਓ ਚਾਰ ਦਿਨ ਵੋਟਾਂ ਮੰਗਦੇ ਥੱਕ ਗਏ ਹੋਣੇ ਆ ਉਹ ਪਿੰਡ ਆਰਾਮ ਕਰਨ ਨੀ ਆਉਣਾ ਹੁੰਦਾ ਓਦਾਂ ਕਿਹੜੀ ਤੁਹਾਨੂੰ ਫਿਕਰ ਪਈ ਪਿੰਡ ਦੀ ਕੰਮ ਤਾਂ ਕੋਈ ਕਰਨਾ ਨੀ ਯੁੱਧਵੀਰ ਆਪਾਂ ਘਰ ਚੱਲੀਏ ਯਾਰ ਆਪਾਂ ਟਾਈਮ ਰਹਿੰਦੇ ਆ ਵਾਪਸ ਵੀ ਮੁੜਨਾ ਤੇ ਨਾਲੇ ਆਰਾਮ ਵੀ ਕਰਨਾ ਥੋੜਾ ਹੈ ਚੱਲ ਆ ਜਾ ਯਾਰ ਉਹ ਜਾਓ ਚੱਲ ਜਾਓ ਵਾਪਸ ਉਹ ਇਸ ਪਿੰਡ ਨੇ ਰਾਜਨੀਤੀ ਦੀ ਭੱਠ ਨੂੰ ਅੱਗ ਦੇਣੀ ਬੰਦ ਕਰਤੀ ਆ ਗੱਲ ਸੁਣ ਹਾਂਜੀ ਇੱਥੇ ਤਾਂ ਫੁੱਲ ਬੀਜੇ ਸੀ ਕਮਾਦ ਕਿੱਥੋਂ ਆ ਗਿਆ ਫੁੱਲ ਇਹ ਤਾਂ ਕਮਾਦ ਹੈ ਜੀ ਬਾਕੀ ਜੇ ਤੁਸੀਂ ਕਹਿੰਦੇ ਹੋ ਤਾਂ ਫੁੱਲ ਮੰਨ ਲੈਂਦੇ ਚੰਗਾ ਹੀ ਸਤਿ ਸ੍ਰੀ ਅਕਾਲ ਡਿੰਪੀ ਸਰ ਕੀ ਕਹੀ ਜਾਂਦੇ ਯਵਲੀਆਂ ਮਾਰੀ ਜਾਂਦੇ ਘਰ ਚੱਲ ਆਪਾਂ ਘਰ ਬਹਿ ਕੇ ਗੱਲ ਕਰਦੇ ਹਾਂ ਕਨਫਿਊਜ਼ਨ ਹੋ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਤੁਹਾਡੇ ਸਤਿ ਸ੍ਰੀ ਅਕਾਲ ਆ ਮੁੰਡਾ ਹੈ ਮੇਰਾ ਚੱਲ ਓਏ ਸਤਿ ਸ੍ਰੀ ਅਕਾਲ ਬੁਲਾ ਤੇਰਾ ਮੁੰਡਾ ਤੇਰਾ ਵਿਆਹ ਕਦੋਂ ਹੋਇਆ ਤੈਨੂੰ ਤਾਂ ਟਾਈਫਾਇਡ ਸੀ ਟਾਈਫਾਇਡ ਉਹ ਤਾਂ 7 ਸਾਲ ਪਹਿਲਾਂ ਹੋਇਆ ਸੀ ਹੁਣ ਤੇ ਮੇਰੇ ਵਿਆਹ ਨੂੰ ਵੀ 6 ਸਾਲ ਹੋ ਗਏ ਨੇ ਤੁਸੀਂ ਪਿੰਡ ਇੰਨੇ ਚਿਰਾਂ ਬਾਅਦ ਆਉਂਦੇ ਹੋ ਗੁੱਡੀ ਘਰ ਜਾ ਤੂੰ ਆਰਾਮ ਕਰੋ ਚਲੋ ਪੁੱਤਰ ਚੰਗਾ ਵੀਰੇ ਸਤਿ ਸ੍ਰੀ ਅਕਾਲ ਮੈਂ ਚੱਲਦੀ ਹਾਂ ਘਰ ਬਹਿ ਗੱਲ ਕਰਦੇ ਹਾਂ ਪੁੱਤ ਤੇਰੇ ਮਾਮਾ ਜੀ ਸੀਗੇ ਉਹ ਕੀ ਹੋਇਆ ਭਾਈ ਤਾਂ ਨਿਹਾਲ ਦਾ ਕਮਰਾ ਹੁੰਦਾ ਸੀ ਨਿਹਾਲ ਨੂੰ ਮਰਿਆ ਤਾਂ 5 ਸਾਲ ਹੋ ਗਏ ਨਿਹਾਲ ਕਿੱਥੇ ਸੌਂਦਾ ਉਹ ਕੋਈ ਨੀ ਯਾਰ ਘਰੇ ਚੱਲ ਆਰਾਮ ਕਰ ਲੈ ਯਾਰ ਕੀ ਬਕਵਾਸ ਹੈ ਆਰਾਮ ਕਰ ਮੈਂ ਬਿਮਾਰ ਹਾਂ ਨਹੀਂ ਉਹ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਤੈਨੂੰ ਕੀ ਦੱਸਾਂ ਤੇ ਕਿਵੇਂ ਦੱਸਾਂ ਡਿੰਪੀ ਮਾਨਵੀ ਜਦੋਂ ਉਹਨੂੰ ਗੋਲੀ ਲੱਗਣ ਤੋਂ ਬਾਅਦ ਗਿਰ ਗਿਆ ਸੀ ਯੁੱਧਵੀਰ ਅੱਛਾ ਯੁੱਧਵੀਰ ਮੈਨੂੰ ਇੱਕ ਗੱਲ ਦੱਸੋ ਹਾਲ ਫਿਲਹਾਲ ਦੇ ਦਿਨਾਂ ਵਿੱਚ ਕੀ ਹੋਇਆ ਸੀ ਦੇਖੋ ਯੁੱਧਵੀਰ ਮੈਂ ਤੁਹਾਡੀ ਪ੍ਰੋਬਲਮ ਨੂੰ ਸਮਝ ਸਕਾਂ ਇਹਦੇ ਲਈ ਤੁਹਾਨੂੰ ਸਾਰੀ ਗੱਲ ਮੈਨੂੰ ਡਿਟੇਲ ਵਿੱਚ ਦੱਸਣੀ ਪਏਗੀ ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ ਹੁੰਦੀਆਂ ਅਸੀਂ ਸ਼ਾਂਤਮਈ ਢੰਗ ਨਾਲ ਧਰਨਾ ਦੇਵਾਂਗੇ ਇੱਕ ਨੇਕ ਦਿਲ ਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਕਿਸਾਨ ਆਗੂ ਲੋਕਾਂ ਲਈ ਕਦੇ ਉਹਨਾਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਸੱਚ ਸਾਹਮਣੇ ਜੇ ਦੁਬਾਰਾ ਦਿਸਿਆ ਨਾ ਗੋਲੀ ਮਾਰ ਦੂੰ ਤੁਹਾਨੂੰ ਕਿੰਨੀ ਵਾਰੀ ਕਿਹਾ ਬਾਪੂ ਜੀ ਇਹ ਗੰਦੀ ਰਾਜਨੀਤੀ ਤੁਹਾਡੇ ਜੇ ਨੇਕ ਦੇ ਲੋਕਾਂ ਲਈ ਨਹੀਂ ਪੁੱਤਰ ਮੇਰੇ ਲਈ ਰਾਜਨੀਤੀ ਨਹੀਂ ਲੋਕ ਸੇਵਾ ਹੈ ਲੋਕਾਂ ਦੇ ਪੁਆੜਿਆਂ ਨੂੰ ਆਪਣੇ ਸਿਰ ਲੈਣ ਨੂੰ ਲੋਕ ਸੇਵਾ ਕਹਿੰਦੇ ਹੋ ਮੈਂ ਤਾਂ ਇਹਨਾਂ ਲਈ ਆ ਯੁੱਧਵੀਰ ਜਦੋਂ ਜਦੋਂ ਇਹਨਾਂ ਨਾਲ ਵਧੇਕੀ ਹੋਏਗੀ ਮੈਂ ਇਹਨਾਂ ਲਈ ਜ਼ਰੂਰ ਖੜਾਂਗਾ ਕੋਈ ਨਾ ਫਿਰ ਕਿਸੇ ਦਿਨ ਆਪੇ ਤੁਹਾਨੂੰ ਦੱਸ ਦੇਣਗੇ ਇਹ ਕਿਸੇ ਦਾ ਸਣ ਕਿੰਨਾ ਕੁ ਜਾਣਦੇ ਆ ਬਾਕੀ ਤੁਹਾਡੀ ਮਰਜ਼ੀ
ਐਤਕੀ ਬਾਪੂ ਜੀ ਸਰਪੰਚ ਦੀ ਇਲੈਕਸ਼ਨ ਚ ਖੜੇ ਹੋ ਗਏ ਤੇ ਦੂਸਰੇ ਪਾਸੇ ਬਲਦੇਵ ਸਿੰਘ ਨੇ ਪੈਸਾ ਵੀ ਇੰਨੇ ਵਾਰ ਰੋੜਿਆ, ਸ਼ਰਾਬ ਤੇ ਭੁੱਕੀ ਵੀ। ਜਦੋਂ ਉਸਨੂੰ ਫਿਰ ਵੀ ਆਪਣੀ ਉਨੀ ਹਵਾ ਬਣਦੀ ਨਜ਼ਰ ਨਾ ਆਈ। ਬਾਬੇ ਨਾਨਕ ਨੇ ਗੱਲ ਆਪਣੀ ਬਾਣੀ ਵਿੱਚ ਕਹੀ, ਕੁੜਨ ਖੁੱਟੇ ਨਾਨਕਾ ਔਣਕ ਸੱਚ ਰਹੀ, ਕੁੜਨ ਖੁੱਟੇ ਨਾਨਕਾ ਔਣਕ ਸੱਚ ਰਹੀ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋ ਸੀ ਵੀ ਸੱਚ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ। ਕਾਕਾ ਜੀ, ਸਰਦਾਰ ਜੀ ਨੂੰ ਪੁਲਿਸ ਫੜ ਕੇ ਲੈ ਗਈ, ਕਹਿੰਦੇ ਨਸ਼ਾ ਵੇਚਦੇ ਹੋ ਤੁਸੀਂ। ਜਿਹੜੇ ਲੋਕਾਂ ਲਈ ਬਾਪੂ ਜੀ ਨੇ ਸਾਰੀ ਜ਼ਿੰਦਗੀ ਲੜਾਈ ਲੜੀ ਸੀ, ਉਹੀ ਲੋਕਾਂ ਸਾਹਮਣੇ ਹੁਣ ਸਿਰ ਚੁੱਕਣ ਦੀ ਹਿੰਮਤ ਨਹੀਂ ਸੀ ਉਹਨਾਂ 'ਚ। ਆਪਣੀ ਲੜਾਈ ਹਾਰ ਜਾਣ ਦਾ ਦੁੱਖ ਸੀ ਜਾਂ ਲੋਕਾਂ ਨੂੰ ਨਾ ਬਦਲ ਪਾਉਣ ਦਾ ਪਤਾ ਨਹੀਂ, ਪਰ ਕੁਛ ਨਾ ਕੁਛ ਜ਼ਰੂਰ ਸੀ ਜੋ ਉਹਨਾਂ ਨੂੰ ਅੰਦਰੋਂ ਅੰਦਰ ਹੀ ਖਾ ਰਿਹਾ ਸੀ। ਹੱਕ ਸੱਚ ਲਈ ਜੂਝਣ ਵਾਲਾ ਗੈਰਤਮੰਦ ਇਨਸਾਨ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਾ ਕਿਰਸਾਨ। ਬੇਸ਼ਰਮਾ ਮਰ ਜਾ ਡੁੱਬ ਕੇ। ਜਿਸਨੇ ਆਪਣਾ ਜੀਵਨ ਸਾਰਾ ਜੀਵਿਆ ਲੋਕਾਂ ਲਈ, ਕੁੜਨ ਖੁੱਟੇ ਨਾਨਕਾ ਔੜਕ ਸੱਚ ਰਹੀ, ਕੁੜਨ ਖੁੱਟੇ ਨਾਨਕਾ ਔੜਕ ਸੱਚ ਰਹੀ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋ ਸੀ ਵੀ ਸੱਚ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ। ਭਲੇ ਪੁਰਖ ਨਾਲ ਦੋਖੀ ਲੋਕਾਂ ਤਗਾ ਫਰੇਬ ਕਮਾਇਆ, ਦੁਨੀਆ ਦੀ ਨਜ਼ਰਾਂ ਵਿੱਚ ਉਸ ਨੂੰ ਮੁਜਰਮ ਗਿਆ ਬਣਾਇਆ। ਪਾਪੂ ਜੀ ਕੀ ਹੋਇਆ? ਹੈਂ, ਰਿਲੈਕਸ ਰਿਲੈਕਸ, ਆਰਾਮ ਕਰ ਵੀ, ਰਿਲੈਕਸ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋ ਸੀ ਵੀ ਸੱਚ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋ ਸੀ ਵੀ ਸੱਚ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋ ਸੀ ਵੀ ਸੱਚ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋ ਸੀ ਵੀ ਸੱਚ। ਬਾਪੂ ਜੀ ਅੱਛਾ, ਇਹ ਹਾਦਸੇ ਨੂੰ ਕਿੰਨਾ ਵਕਤ ਹੋਇਆ? 2 ਦਿਨ। ਫੋਰ ਸ਼ੋਰ ਮੈਮਰੀ ਲੌਸ ਤਾਂ ਹੈ। ਓ ਮਾਈ ਗੋਡ, ਬਾਪੂ ਜੀ ਦਾ ਹਾਦਸਾ ਕਿੰਨੇ ਸਾਲ ਪਹਿਲਾਂ ਹੋਇਆ ਸੀ? ਡਾਕਟਰ ਸਾਹਿਬ, ਉਹਨੂੰ 7 ਸਾਲ ਹੋ ਗਏ ਸੀ ਉਦੋਂ। ਪਰ ਸੱਟ ਤਾਂ ਬਾਂਹ ਤੇ ਲੱਗੀ ਸੀ। ਮਤਲਬ ਬਾਂਹ ਤੇ ਗੋਲੀ ਲੱਗਣਾ ਕਿਸੇ ਦੀ ਯਾਦਸ਼ਤ ਡਾਕਟਰ ਸਾਹਿਬ ਕਿੱਦਾਂ ਜਾ ਸਕਦੀ ਹੈ ਜੀ? ਪੁਆਇੰਟ। ਪਰ ਇੱਕ ਗੱਲ ਦੱਸੋ, ਗੋਲੀ ਲੱਗਣ ਤੋਂ ਬਾਅਦ ਇਹ ਖੜਾ ਹੋਇਆ ਸੀ? ਨਹੀਂ ਨਹੀਂ, ਉਹ ਤਾਂ ਡਿੱਗਿਆ। ਅੱਜ ਹੋਰ ਤੇ ਕੱਲ ਹੋਰ ਹੋ ਜਾਣ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਯੁੱਧਵੀਰ ਰਾਜਨੀਤੀ ਚ ਆਇਆ। ਉਹਨੇ ਸਿਰਫ ਅੱਗੇ ਵਧਣ ਦੇ ਰਾਸਤੇ ਲੱਭੇ, ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਉਹ ਰਾਸਤੇ ਸਹੀ ਨੇ ਜਾਂ ਗਲਤ। ਤੇ ਅੱਜ ਉਹ ਆਪਣੀ ਜ਼ਿੰਦਗੀ ਦੇ ਪਿਛਲੇ 7 ਸਾਲ ਪੂਰੇ ਭੁੱਲ ਚੁੱਕਿਆ। ਉਸ ਆਦਮੀ ਨੂੰ CM ਕਿਵੇਂ ਬਣਾਇਆ ਜਾ ਸਕਦਾ ਹੈ?
ਜਿਹਨੂੰ ਇਹ ਵੀ ਨਹੀਂ ਯਾਦ ਕਿ ਉਹ ਕਦੇ ਪੋਲਿਟਿਕਸ ਵਿੱਚ ਸੀ ਵੀ ਕਿ ਨਹੀਂ। ਔਰ ਵੈਸੇ ਵੀ ਜ਼ਿੰਦਗੀ ਦੇ ਜਿਸ ਮਕਾਮ ਤੇ ਉਹ ਖੜਾ ਹੈ ਨਾ ਅੱਜ, ਉੱਥੇ ਉਹ ਪੋਲਿਟਿਕਸ ਨੂੰ ਸਖ਼ਤ ਨਫ਼ਰਤ ਕਰਦਾ ਹੈ। ਡਾਕਟਰ ਨੇ ਇਹ ਵੀ ਵਾਰਨਿੰਗ ਦਿੱਤੀ ਆ ਕਿ ਯੁੱਧਵੀਰ ਨੂੰ ਕੋਈ ਵੀ ਪੁਰਾਣੀ ਗੱਲ, ਕੋਈ ਪੁਰਾਣੀ ਬਾਤ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦਿਮਾਗ ਤੇ ਪ੍ਰੈਸ਼ਰ ਪੈ ਸਕਦਾ। ਪ੍ਰਧਾਨ ਦਾ ਫੋਨ ਹੈ, ਬਣ ਜਾ ਯੁੱਧਵੀਰ। ਯਾਰ ਕਮਾਲ ਕਰਦਾ ਮੈਂ। ਹੈਲੋ ਪ੍ਰਧਾਨ ਸਾਹਿਬ, ਸਤਿ ਸ੍ਰੀ ਅਕਾਲ। ਯੁੱਧਵੀਰ ਜ਼ਰਾ ਟੀਵੀ ਤਾਂ ਆਨ ਕਰ, ਕੋਈ ਤਾਜ਼ਾ ਖਬਰ ਹੈ ਖਾਸ ਤੇਰੇ ਵਾਸਤੇ। ਕਿ ਮਹਿਰੂਮ ਗੁਰਪਿਆਰ ਸਿੰਘ ਜੀ ਨਾਲ ਵਾਪਰਿਆ ਸੜਕ ਹਾਦਸਾ ਕੁਦਰਤੀ ਨਹੀਂ ਸੀ, ਬਲਕਿ ਇਸ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਆਓ ਦੇਖਦੇ ਹਾਂ ਲੋਕ ਸੇਵਾ ਪਾਰਟੀ ਦੇ ਪ੍ਰਧਾਨ ਤੇ ਕਾਰਜਕਾਰੀ ਮੁੱਖ ਮੰਤਰੀ ਹਰਬੰਸ ਸਿੰਘ ਜੀ ਦਾ ਇਸ ਬਾਰੇ ਕੀ ਕਹਿਣਾ ਹੈ। ਅਸੀਂ ਇਹਦੇ ਉੱਤੇ ਇਨਕੁਆਇਰੀ ਕਮਿਸ਼ਨ ਬਿਠਾ ਦਿੱਤਾ, ਜਲਦੀ ਹੀ ਸੱਚ ਸਾਹਮਣੇ ਆ ਜਾਊਗਾ। ਬਹਰਹਾਲ ਸੱਚ ਕੀ ਹੈ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ। ਜੇ ਸਿੱਧੇ ਜੇ ਤਰੀਕੇ ਨਾਲ ਸੋਚਿਆ ਜਾਏ ਤਾਂ ਸ਼ੱਕ ਦੀ ਸੂਈ ਉਸਦੇ ਵੱਲ ਇਸ਼ਾਰਾ ਕਰਦੀ ਹੈ ਜਿਸ ਨੂੰ ਇਸ ਸਭ ਦੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਸੀ। ਦਮਨਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਜਾਣਦਾ ਫਾਇਦਾ ਮਿਲਣ ਵਾਲੀ ਗੱਲ ਨਾਲ ਯੁੱਧਵੀਰ ਸਿੰਘ ਸਿੱਧੂ ਜੀ ਵੱਲ ਇਸ਼ਾਰਾ ਕਰਨਾ ਚਾਹੁੰਦੇ ਹਾਂ। ਬਕਵਾਸ ਹੈ ਸਭ, ਲੇਕਿਨ ਇਹ ਜ਼ਰੂਰੀ ਨਹੀਂ ਹੈ, ਉਹਨਾਂ ਦਾ ਇਸ ਦੇ ਵਿੱਚ ਕੋਈ ਹੱਥ ਨਹੀਂ। ਤੇਰਾ ਨਾਮ ਸ਼ੱਕ ਦੇ ਘਰੇ ਚ ਹੈ, ਇਸ ਕਰਕੇ ਪਾਰਟੀ ਤੈਨੂੰ ਸੀਐਮ ਬਣਾਉਣ ਵਾਸਤੇ ਸੋਚ ਵੀ ਨਹੀਂ ਸਕਦੀ। ਯੁੱਧਵੀਰ ਦਾ ਨਾਮ ਵੋਟਾਂ ਲੈਣ ਲਈ ਵਰਤਿਆ ਇਹਨਾਂ ਨੇ, ਤੇ ਹੁਣ ਜਦੋਂ ਸੀਐਮ ਦੇ ਅਹੁਦੇ ਦੀ ਗੱਲ ਆਈ ਹੈ ਤਾਂ ਪ੍ਰਧਾਨ ਦਮਨ ਦਾ ਨਾਮ ਪ੍ਰਪੋਜ਼ ਕਰ ਰਿਹਾ। ਹੁਣ ਜਦ ਯੁੱਧਵੀਰ ਆਪਣੀ ਮੰਜ਼ਿਲ ਦੇ ਇੰਨਾ ਕੋਲ ਪਹੁੰਚ ਗਿਆ ਹੈ ਤਾਂ ਇਹ ਨਹੀਂ ਮਾਨਵੀ, ਚੀਫ ਮਿਨਿਸਟਰ ਤਾਂ ਯੁੱਧਵੀਰ ਸਿੰਘ ਹੀ ਬਣੂਗਾ ਇਸ ਹਾਲਤ ਵਿੱਚ। ਯੈਸ ਯੈਸ, ਸੀਐਮ ਤਾਂ ਸਿਰਫ ਯੁੱਧਵੀਰ ਹੀ ਬਣੇ। ਯਾਰ ਇਹ ਯੁੱਧਵੀਰ ਤਾਂ ਆਪਣੇ ਬਾਪੂ ਜੀ ਨੂੰ ਪੋਲਿਟਿਕਸ ਨਹੀਂ ਸੀ ਕਰਨ ਦਿੰਦਾ ਤੇ ਆਪ ਕਿੱਦਾਂ ਕਰੂਗਾ? ਵੇਖੋ ਜੀ, ਸੀਐਮ ਬਣਨਾ ਫਿਰ ਪੋਲਿਟਿਕਸ ਤਾਂ ਕਰਨੀ ਪੈਣੀ, ਹੁਣ ਘਰੇ ਵਿਹਲੇ ਬੈਠੇ ਨੂੰ ਕੋਈ ਸੀਐਮ ਬਣਾ ਨਹੀਂ ਦਿੰਦਾ। ਜੇ ਤਾਂ ਵਿਹਲੇ ਸੀਐਮ ਬਣਦੇ ਹੁੰਦੇ ਨਾ ਤਾਂ ਪਿੰਡਾਂ ਚ 20-20 ਸੀਐਮ ਬੋੜਾਂ ਥੱਲੇ ਬੈਠੇ ਤਾਸ਼ ਖੇਲਦੇ ਹੁੰਦੇ। ਪਰ ਯਾਰ ਇਹ ਰਾਜਨੀਤੀ ਨਾ ਹੈ ਬਹੁਤ ਗੰਦੀ ਚੀਜ਼। ਕੌਣ ਕਹਿੰਦਾ ਗੰਦੀ ਹੈ ਰਾਜਨੀਤੀ? ਰਾਜਨੀਤੀ ਨਾਲੋਂ ਸਾਫ਼ ਤਾਂ ਚੀਜ਼ ਹੀ ਕੋਈ ਨਹੀਂ ਹੋ ਸਕਦੀ, ਤਾਂ ਹੀ ਤਾਂ ਲੋਕੀ ਹੱਥ ਧੋ ਕੇ ਕੁਰਸੀ ਦੇ ਪਿੱਛੇ ਪੈ ਜਾਂਦੇ ਆ। ਪਰ ਯਾਰ ਜੇ ਦਮਨਜੀਤ ਵਰਗੇ ਚਗਲਾਂ ਦੇ ਹੱਥ ਸੱਤਾ ਚਲੀ ਗਈ ਨਾ ਤਾਂ ਫਿਰ ਸਰ ਗਿਆ ਸੂਬੇ ਦਾ। ਫਿਕਰ ਨਹੀਂ, ਸੀਐਮ ਤਾਂ ਸਾਡਾ ਯਾਰ ਹੀ ਬਣੇਗਾ। ਬਣਨਾ ਤਾਂ ਚਾਹੀਦਾ, ਪਰ ਏਦਾਂ ਨਹੀਂ ਬਣਦਾ ਜੇ ਤੂੰ ਇੱਥੇ ਬੈਠਾ ਰਹੇਗਾ, ਜਾ ਕੇ ਗੱਲ ਕਰ ਉਹਦੇ ਨਾਲ। ਮੈਂ ਲੈ ਹੋਰ ਕੌਣ ਕਰੇਗਾ, ਜਾ ਕੇ ਸਮਝਾ ਉਹਨੂੰ। ਨਹੀਂ ਸਮਝਾ ਤਾਂ ਮੈਂ ਦੇਵਾਂ, ਪਰ ਲੈ ਜਿੱਥੇ ਪਾਰਪੁਰ ਆ ਗਿਆ ਉੱਥੇ ਨੀ ਗੱਲ ਬਣਦੀ ਹੁੰਦੀ। ਮੈਂ ਕਹਿੰਦਾ ਨਾਲੇ ਤੇਰਾ ਦਿਮਾਗ ਟੈਸਟ ਹੋ ਜੂਗਾ ਵੀ ਇੱਥੇ ਕੁਝ ਹੈ ਵੀ ਕਿ ਐਵੇਂ ਤੂੜੀ ਭਰੀ ਹੈ। ਗੱਲ ਕਰ ਜਾ ਕੇ ਯਾਰ, ਡਰਦਾ ਕਿਉਂ? ਠੀਕ ਹੈ, ਕਿਆ ਬਾਤ ਹੈ, ਬਾਗਾ ਬਾਗਾ ਬੋਏ ਕਮਾਨ। ਯਾਰ ਯੁੱਧਵੀਰ ਇੱਕ ਗੱਲ ਕਰਨੀ ਸੀ ਤੇਰੇ ਨਾਲ। ਦੱਸ। ਜਿਹੜਾ ਸੀਐਮ ਹੁੰਦਾ ਨਾ, ਸੀਐਮ ਮਤਲਬ ਮੁੱਖ ਮੰਤਰੀ। ਇੱਥੇ ਟ੍ਰਾਂਸਲੇਸ਼ਨ ਕਰਨਾ ਹੈ ਯਾਰ, ਕੀ ਪਾਵਰ ਹੁੰਦੀ ਹੈ ਉਹਦੀ, ਹੈਂ? ਜੋ ਮਰਜ਼ੀ ਕਰਦੇ, ਜੋ ਮਰਜ਼ੀ ਚੰਗਾ ਮਾੜਾ। ਯਾਰ ਮੈਂ ਕਹਿਣਾ ਜਿਹੜੇ ਪੰਜਾਬ ਦੇ ਹਾਲਾਤ ਨੇ ਨਾ, ਉਹਦੇ ਹਿਸਾਬ ਨਾਲ ਸੀਐਮ ਚਾਹੀਦਾ ਤੇਰੇ ਵਰਗਾ। ਕੀ ਹੋਇਆ? ਜਾਂਦਾ ਨੀ ਸ਼ੇਰ ਬਣ, ਉੱਠ ਜਾ ਗੱਲ ਕਰ ਜਾ ਕੇ ਉਹਦੇ ਨਾਲ। ਯਾਰ ਡਿੰਪੀ, ਮੈਂ ਹਰ ਕੰਮ ਚ ਅੱਗੇ ਹੋ ਕੇ ਚੌਧਰੀ ਕਿਉਂ ਬਣ ਜਾਂਦਾ? ਉਹ ਤੇਰਾ ਵੀ ਯਾਰ ਹੈ, ਤੂੰ ਜਾਇਆ, ਤੇਰਾ ਵੀ ਹੱਕ ਹੈ ਉਹਦੇ ਤੇ। ਅੱਛਾ, ਮੈਂ ਹੱਕ ਮੰਗਿਆ ਤੇਰੇ ਕੋਲੋਂ, ਸਹੁਰੇ ਲਿਫਾਫੇ ਚ ਪਾ ਕੇ ਹੱਕ ਫੜਾਈ ਜਾਂਦਾ? ਦਿਲੋਂ ਦੇ ਰਿਹਾ, ਲੈ ਲੈ ਯਾਰ, ਮਜਾ ਲੈ। ਬਚਾ ਲੋ ਐਮਐਲਏ ਸਾਹਿਬ, ਤੁਹਾਨੂੰ ਰੱਬ ਦਾ ਇਹ ਕੋਣ ਹੈ? ਉਹ ਫੜ,
ਐਮਐਲਏ ਸਾਹਿਬ ਉਸ ਡੰਗਰ ਜਈ ਨੇ ਕੀ ਹੋ ਗਿਆ ਤੈਨੂੰ ਮੇਰੀ ਮੋਟਰ ਦੀ ਬਿਜਲੀ ਕੱਟ ਦਿੱਤੀ ਮੇਰੀ ਫਸਲ ਉੱਗੀ ਨਾ ਮੇਰਾ ਟੱਬਰ ਹੋ ਜੂ ਐਮਐਲਏ ਸਾਹਿਬ ਯਾਰੇ ਮੈਨੂੰ ਐਮਐਲਏ ਕਿਉਂ ਕਹਿ ਰਹੇ ਯਾਰ ਗਰੀਬ ਬੰਦੇ ਦੀ ਜਿਹੜਾ ਸੁਣਵਾਈ ਕਰ ਲਏ ਉਹਦੇ ਲਈ ਤਾਂ ਉਹੀ ਐਮਐਲਏ ਹੁੰਦਾ ਹਾਂ ਬਾਬਾ ਜੀ ਆ ਜਾਓ ਤੁਸੀਂ ਅੰਦਰ ਉਹ ਮੇਰੀ ਗੱਲ ਤਾਂ ਸੁਣੋ ਕਰਦੇ ਆ ਬੋਲੇ ਕਿ ਉਹ ਬਾਬੂ ਜੀ ਹੋ ਜਾਏਗਾ ਕੰਮ ਥੋੜਾ ਤੁਹਾਨੂੰ ਕਹਿ ਨਾ ਕੰਮ ਹੋ ਢਿੰਡ ਵਾਲੇ ਨੇ ਨਾ ਪੋਲੇ ਹੁੰਦੇ ਆ ਥੋੜੇ ਕੋਈ ਗੱਲ ਨਹੀਂ ਕੀ ਐਮਐਲਏ ਸਾਹਿਬ ਲਾਈ ਹੋਈ ਹੈ ਤੁਸੀਂ ਪੁੱਤ ਜੇ ਸਾਡੇ ਹਲਕੇ ਦਾ ਐਮਐਲਏ ਨਹੀਂ ਸਾਡੀ ਮਦਦ ਕਰੂਗਾ ਹੋਰ ਕੌਣ ਕਰੂ ਨਹੀਂ ਤੁਹਾਨੂੰ ਕਿਹਨੇ ਕਿਹਾ ਕਿ ਐਮਐਲਏ ਮਦਦ ਨਹੀਂ ਕਰੂਗਾ ਕਰੂਗਾ ਪਰ ਬਾਬੂ ਜੀ ਸਾਡੇ ਨਾ ਸਰਦਾਰ ਸਾਹਿਬ ਨੂੰ ਬੁਰਾ ਲੱਗਦਾ ਜੇ ਐਵੇਂ ਕੋਈ ਉਹਨਾਂ ਦੇ ਹੱਥ ਪੈਰ ਜੋੜੀ ਜਾਏ ਅੱਛਾ ਅੱਛਾ ਉਹ ਜੀ ਬਿਲਕੁਲ ਸਾਡੇ ਐਮਐਲਏ ਸਾਹਿਬ ਦਿਲੋਂ ਸੇਵਾ ਕਰਦੇ ਨੇ ਆਪਣਾ ਫਰਜ਼ ਸਮਝ ਕੇ ਉਹਨਾਂ ਨੂੰ ਮਿੰਨਤ ਬੱਲੇ ਸੋਹਣਾ ਤਰੀਕਾ ਬਜ਼ੁਰਗਾਂ ਨੂੰ ਟਰਕਾਉਣ ਦਾ ਕੀ ਗੱਲ ਭਲਵਾਨ ਜੀ ਅੱਜ ਕਿਸੇ ਮਾੜੇ ਭਲਵਾਨ ਨੇ ਢਾਲਿਆ ਸੀ ਜਿਹੜਾ ਸਾਡੇ ਤੇ ਕੰਡ ਝਾੜੀ ਜਾਂਦੇ ਹੋ ਉਹ ਬਜ਼ੁਰਗੋ ਕਿੱਥੇ ਆ ਕੇ ਹੱਥ ਪੈਰ ਜੋੜ ਜਾਂਦੇ ਆ ਹੈ ਇਹ ਲੀਡਰ ਕੌਮ ਨੂੰ ਨਾ ਸਿਰਫ ਤੇ ਸਿਰਫ ਆਮ ਬੰਦੇ ਦੀ ਨਾ ਵੋਟ ਦੇਖਦੀ ਹੁੰਦੀ ਆ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਪਹਿਲਾਂ ਆਏ ਕਦੇ ਆਪਣਾ ਦੁੱਖ ਸੁੱਖ ਸੁਣਨ ਇਹ ਬਿਲਕੁਲ ਸਹੀ ਗੱਲ ਹੈ ਤੇ ਜਦੋਂ ਤੱਕ ਵੋਟਾਂ ਪਾਉਣ ਵਾਲਾ ਆਮ ਇਨਸਾਨ ਆਪਦੀ ਤਾਕਤ ਨਹੀਂ ਪਹਿਚਾਣਦਾ ਉਦੋਂ ਤੱਕ ਇਹ ਹੁੰਦਾ ਹੀ ਰਹਿਣਾ ਬਾਪੂ ਜੀ ਇਹ ਦੱਸੋ ਉਹ ਜੇਈ ਨੇ ਤੁਹਾਡੀ ਬਿਜਲੀ ਕੱਟੀ ਕਿਉਂ ਮੈਂ ਬੱਕਰੀਆਂ ਕਰਦੀਆਂ ਹੁੰਦੀਆਂ ਸ਼ੇਰਾਂ ਵਾਂਗੂ ਬੋਲੀਦਾ ਹੁੰਦਾ ਆਓ ਬਾਪੂ ਜੀ ਮੈਂ ਦੇਖਦਾ ਐਮਐਲਏ ਨਹੀਂ ਕਹਿਣਾ ਗੁੱਸਾ ਕਰਦੇ ਆ ਯਾਰ ਗੁੱਪੀ ਹੁਣ ਕੋਈ ਨਵਾਂ ਪੰਗਾ ਤਾਂ ਨਹੀਂ ਛਿੜੂ ਪੁੱਤ ਮੇਰੀਆਂ ਜਵਾਨਤੀਆਂ ਤੇ ਮੇਰੀ ਅੱਖ ਰੱਖਦਾ ਪੜ੍ਹ ਜਾਂਦੇ ਨੂੰ ਇੱਕ ਦੋ ਵਾਰੀ ਛੇੜਿਆ ਵੀ ਹੈ ਮੈਂ ਇਤਰਾਜ਼ ਕੀਤਾ ਤਾਂ ਇੱਦਾਂ ਤੰਗ ਕਰਦੇ ਆ ਗਿਆ ਝੂਠਾ ਕੁੰਡੀ ਦਾ ਕੇਸ ਬਣਾ ਕੇ ਬਿਜਲੀ ਕੱਟਤੀ ਅਮੀ ਦੋਣਾ ਦਾ ਬੁੜਾ ਕਿੱਥੇ ਲੈ ਚਲਿਆ ਕਾਕਾ ਜੀ ਬਿੱਲ ਭੇਜਣਾ ਉਹ ਅਸੀਂ ਟਾਈਮ ਤੇ ਭੇਜ ਦਿੱਤਾ ਬੱਤੀ ਨੀ ਆਉਂਦੀ ਜਾ ਕੇ ਸਰਕਾਰ ਨਾਲ ਗੱਲ ਕਰੋ ਪੂਰੇ ਕੀ ਲੈਣ ਆਏ ਹੋ ਸਾਡੇ ਗਰੀਬਾਂ ਲਈ ਤਾਂ ਮੈਂ ਕੋਈ ਸਰਕਾਰ ਤੁਸੀਂ ਸਾਡੇ ਮਸਲੇ ਹੱਲ ਕਰਨੇ ਨੇ ਹੁਣ ਤੁਸੀਂ ਦੱਸੋ ਐਡਾ ਬਿੱਲ ਆ ਕਿਵੇਂ ਗਿਆ ਗੱਲ ਸੁਣ ਉਹ ਮੁੰਡਾ ਖਲੋਤਾ ਨਾ ਲਾਈਨ ਵਿੱਚ ਯੰਕੀ ਟੋਪੀ ਵਾਲਾ ਉਹਦੇ ਘਰੇ ਹਲੇ ਮੀਟਰ ਵੀ ਨਹੀਂ ਲੱਗਿਆ ਤਾਂ ਵੀ ਬਿੱਲ ਆ ਗਿਆ ਤੇ ਤੂੰ ਬੱਤੀ ਦੇ ਲੋਈ ਜਾ ਕੇ ਬਿੱਲ ਤਾਂ ਨਹੀਂ ਤਾਂ ਤੇਰਾ ਮੀਟਰ ਕੱਟ ਦਿਆਂਗੇ ਹੋਰ ਤੁਹਾਨੂੰ ਆਉਂਦਾ ਵੀ ਕੀ ਮੀਟਰ ਕੱਟਣ ਦੱਸੀ ਬਸ ਸਰ ਤੁਸੀਂ ਐਵੇਂ ਜਬਲੀਆਂ ਨਾ ਮਾਰੋ ਤੇ ਮੇਰੀ ਗੱਲ ਦਾ ਜਵਾਬ ਦਿਓ ਕਿਸ ਵਜ੍ਹਾ ਤੇ ਲੋਕਾਂ ਦੇ ਮੀਟਰ ਕੱਟ ਦਿਓ ਸਰ ਬਿੱਲ ਨਹੀਂ ਸੀ ਤਾਰਦੇ ਇਸ ਲਈ ਤੇ ਇਹ ਬਜ਼ੁਰਗ ਇਹ ਤਾਂ ਆਪਣਾ ਬਿੱਲ ਟਾਈਮ ਸਿਰ ਭਰਦੇ ਇਹਨਾਂ ਦਾ ਮੀਟਰ ਕਿਉਂ ਕੱਟਿਆ ਇਹਨਾਂ ਦਾ ਮੀਟਰ ਮੈਂ ਸਰ ਮੈਂ ਮੇਰਾ ਮਤਲਬ ਮੈਂ ਹੁਣੇ ਪਤਾ ਕਰਾਂਦਾ ਸਰ ਮੈਂ ਤੁਹਾਨੂੰ ਸਭ ਪਤਾ ਤੇ ਇਸ ਤੋਂ ਪਹਿਲਾਂ ਕਿ ਬਾਹਰ ਬੈਠੇ ਲੋਕਾਂ ਨੂੰ ਪਤਾ ਲੱਗੇ ਆਪਣੀ ਗਲਤੀ ਸੁਧਾਰ ਲਓ ਜੇਈ ਸਾਹਿਬ ਇਹ ਕੁਰਸੀਆਂ 'ਚ ਮਿਲ ਸਕਦੀਆਂ ਤੇ ਖੁਸ਼ ਵੀ ਸਕਦੀਆਂ ਸਰ ਜ਼ਰੂਰ ਕੋਈ ਤੁਹਾਨੂੰ ਗਲਤ ਫਹਿਮੀ ਹੋਈ ਤਸ਼ਰੀਫ ਰੱਖੋ ਸਰ ਇਹ ਆਪਣੀ ਕੁਰਸੀ ਮੈਨੂੰ ਕਿਉਂ ਦੇ ਰਹੇ ਦਰਅਸਲ ਜੋਏ ਦੀਆਂ ਕਰਤੂਤਾਂ ਨਾ ਇਸ ਕੁਰਸੀ ਤੇ ਬਹਿਣ ਦੇ ਲਾਇਕ ਹੀ ਨਹੀਂ ਹੈਗਾ ਤਾਂ ਤੁਹਾਨੂੰ ਆਪਣੀ ਕੁਰਸੀ ਆਫਰ ਕਰ ਰਿਹਾ ਗਰੀਬ ਦਾ ਹੌਂਕਾ ਆਵਾਜ਼ ਘੱਟ ਕਰਦਾ ਪਰ ਸੱਟ ਅੰਦਰ ਤੱਕ ਮਾਰਦਾ ਕੁਰਸੀ ਦੇ ਨਸ਼ੇ 'ਚ ਨਾ ਭੁੱਲੋ ਕਿ ਕੁਰਸੀ ਤੁਹਾਨੂੰ ਸਰਕਾਰ ਨੇ ਦਿੱਤੀ ਹੈ ਤੇ ਸਰਕਾਰ ਬਣਾਉਂਦੀ ਆਮ ਜਨਤਾ ਤਨਖਾਹ ਲਓ ਅਫਸਰਾਂ ਵਾਲੀ ਤੇ ਕੰਮ ਕਰੋ ਜਨਤਾ ਦੀ ਸੇਵਾਦਾਰਾਂ ਵਾਲੇ ਸਮਝ ਆਈ ਜੀ ਸਮਝ ਗਿਆ ਸਰ ਹੁਣ ਮੈਨੂੰ ਇਹ ਦੱਸੋ ਇਹਨਾਂ ਦੀ ਮੋਟਰ ਕਦੋਂ ਚੱਲੂ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਤੁਹਾਡਾ ਕਨੈਕਸ਼ਨ ਚੱਲ ਪਊਗਾ ਬਾਬਾ ਜੀ ਮਾਈਂਡ ਇਟ ਓਕੇ ਆ ਜਾਓ ਬ੍ਰਦਰ ਸਰ ਕੁਝ ਚਾਹ ਠੰਡਾ ਤੁਸੀਂ ਰਿਜ਼ਲਟ ਦਓਗੇ ਤਾਂ ਜ਼ਿਆਦਾ ਵਧੀਆ ਓਕੇ ਮੇਰਾ ਆਪਣੇ ਪਿਓ ਵਾਂਗੂ ਬੋਲਦਾ ਪੁੱਤ ਅੱਜ ਉਹਦੀ ਰੂਹ ਨੂੰ ਬੜੀ ਖੁਸ਼ੀ ਹੋਈ ਹੋਣੀ ਹੈ ਸਭ ਦੇਖ ਕੇ ਜਿਉਂਦਾ ਵਸਦਾ ਰਹੋ ਉਸਤਾਦ ਜੀ ਬੰਦਾ ਉਦਾਂ ਦਾ ਹੈ ਨਹੀਂ ਜਿੱਦਾਂ ਆਪਾਂ ਸੋਚਦੇ ਸੀ ਬੜੀ ਮਿਹਰਬਾਨੀ ਪੁੱਤ ਮਾਲਕ ਮਿਹਰ ਕਰੇ ਲਓ ਜੀ ਕਰ ਲਓ ਕੇ ਉਹਨੂੰ ਭਾਂਡਾ ਜਿਨ੍ਹਾਂ ਦਾ ਕੰਮ ਕਰਾਉਣ ਆਏ ਸੀ ਉਹ ਤਾਂ ਇੱਥੇ ਛੱਡ ਕੇ ਆਪ ਟਿੱਪ ਗਏ ਇੰਨਾ ਨਹੀਂ ਉਹਨਾਂ ਨੂੰ ਖਿਆਲ ਵੀ ਜਿਸ ਬੰਦੇ ਨੂੰ ਲਿਆਂਦਾ ਸੀ ਉਹਨੂੰ ਵਾਪਸ ਘਰ ਵੀ ਛੱਡਣਾ ਹਾਂਜੀ ਚੱਲ ਕੋਈ ਨਾ ਯਾਰ ਕਦੋਂ ਕੰਮ ਆਉਣਗੇ ਅੱਛਾ ਯਾਰਾਂ ਦਾ ਘੜੋਕਾ ਹੀ ਚੱਲੂ ਫਿਰ ਅੱਜ ਆਓ ਵੀ ਮਿੱਤਰੋ ਫਿਰ ਟੈਂਪੂ ਚੱਲੇ ਆਰਾਮਾਂ ਦਾ ਡਿੰਪੀ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਇਹ ਸਾਰੇ ਲੋਕ ਮੈਨੂੰ ਇੰਨੀ ਇੱਜ਼ਤ ਕਿਉਂ ਦਿੰਦੇ ਆ ਸਰ ਜੀ ਉਹ ਦਰਅਸਲ ਮੈਨੂੰ ਲੱਗਦਾ ਨਾ ਤੇਰੀ ਸ਼ਕਲ ਕਿਸੇ ਬਹੁਤ ਮਸ਼ਹੂਰ ਪੰਜਾਬੀ ਸਿੰਗਰ ਨਾਲ ਮਿਲਦੀ ਹੈ ਮੇਰੀ ਸ਼ਕਲ ਮੇਰੀ ਸ਼ਕਲ ਕਿਹੜੇ ਸਿੰਗਰ ਨਾਲ ਮਿਲਦੀ ਗੁਰਸੇਵਕ ਮਾਨ ਨਾਲ ਚੱਲ ਇਹਨਾਂ ਵਾਲੀ ਨੂੰ ਭਾਗ ਲੱਗ ਗਿਆ ਅੱਜ ਉਹ ਲੈਂਦਾ ਜੱਟ ਨਜ਼ਾਰੇ ਫੋਰਡ ਟਰੈਕਟਰ ਤੇ ਫੁਰ ਫੁਰ ਓਏ ਚਾਚੇ ਤੇਰਾ ਬੇੜਾ ਤਰਜੇ ਗੱਡੀ ਦਾ ਗੱਡਾ ਬਣਾ ਛੱਡਿਆ ਓਏ ਇੰਨੇ ਪੱਠੇ
ਉਹ ਮੈਂ ਸੋਚਿਆ ਵੀ ਗੱਡੀ ਤੇ ਹੈਗੀ ਆ ਵੀ ਦੋ ਚਾਰ ਦਿਨ ਦਾ ਸਰ ਗਿਆ ਤੇ ਜਿਹੜਾ ਹਫਤਾ ਸਾਨੂੰ ਮੁੜ ਕੇ ਆ ਗੱਡੀ ਸਾਫ਼ ਕਰਾਉਣ ਚ ਲੱਗ ਜਾਣਾ ਯਾਰ ਹੈ 24.5 ਲੱਖ ਦੀ ਖੁਰਲੀ ਬਣਾਤੀ ਯਾਰ ਤੂੰ ਤੁਸੀਂ ਦੋਵੇਂ ਦੱਸੋ ਇਹ ਗੱਡੀ ਹੈ ਕੀ ਦੀ ਤੇ ਤੁਹਾਡੇ ਕੋਲ ਆਈ ਕਿਵੇਂ ਮੈਂ ਵੀ ਇਹੀ ਪੁੱਛਿਆ ਸੀ ਕਹਿੰਦਾ ਟਾਈਮ ਆਉਣ ਤੇ ਦੱਸਾਂਗਾ ਪੁੱਛੋ ਇਹਨੂੰ ਦੱਸ ਫਿਰ ਟਾਈਮ ਆ ਗਿਆ ਇਹ ਗੱਡੀ ਹੈ ਕਿਸੇ ਵੱਡੀ ਕੰਪਨੀ ਦੀ ਹੈ ਔਰ ਆਈ ਇਧਰੋਂ ਹੈ ਰਸਤਾ ਖੁੱਲੇ ਨਾ ਜ਼ਰਾ ਆ ਜਾਂਦੀ ਵੱਡੀ ਬੰਦਿਆਂ ਵਾਂਗੂ ਦੱਸ ਦੇ ਮੈਂ ਤੇ ਬਾਹੂ ਕਿਸੇ ਕੋਲੋਂ ਪੈਸੇ ਲੈਣੇ ਸੀ ਯਾਰ ਉਹ ਪੈਸੇ ਨਹੀਂ ਸੀ ਦਿੰਦਾ ਗੱਡੀ ਦੀ ਚਾਬੀ ਫੜ ਲਈ ਅਸੀਂ ਕਿਹਾ ਪੈਸੇ ਦੇ ਜੀ ਗੱਡੀ ਲੈ ਜੀ ਕਿੱਡੀ ਕੁ ਵੱਡੀ ਗੱਲ ਹੈ ਯਾਰ ਇਹਦੇ ਜੀ ਯਾਰ ਵੈਸੇ ਬੂਟੇ ਦਾ ਕੰਮ ਸੌਖਾ ਹੋ ਗਿਆ ਇਸ ਕਾਰ ਕਰਕੇ ਦੇਖ ਕਿੰਨਾ ਖੁਸ਼ ਹੈ ਵੈਸੇ ਕਿਸੇ ਦੀ ਖੁਸ਼ੀ ਵਿੱਚੋਂ ਕਿੰਨੀ ਖੁਸ਼ੀ ਮਿਲਦੀ ਹੈ ਇਹਦਾ ਪਤਾ ਮੈਨੂੰ ਅੱਜ ਚੱਲੇ ਅੱਜ ਜਦੋਂ ਉੱਥੇ ਬਿਜਲੀ ਘਰ ਦੇ ਵਿੱਚ ਉਹ ਬਜ਼ੁਰਗਾਂ ਦਾ ਕੰਮ ਕਰਵਾਇਆ ਤਾਂ ਫਿਰ ਮੈਨੂੰ ਅਹਿਸਾਸ ਹੋਇਆ ਕਿ ਬਾਪੂ ਜੀ ਲੋਕਾਂ ਦੇ ਪਿੱਛੇ ਕਿਉਂ ਭੱਜੇ ਫਿਰਦੇ ਸੀ ਉੱਤੇ ਕਿਹੜੀਆਂ ਪਤੰਗਾਂ ਲੁੱਟੀ ਜਾਂਦੇ ਹੋ ਥੱਲੇ ਆ ਕੇ ਦੇਖੋ ਕੌਣ ਆਇਆ ਓਏ ਓਏ ਕਿੱਧਰੋਂ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੌਣ ਹੋ ਮੈਂ ਮਾਨਵੀ ਮਾਨਵੀ ਇੱਥੇ ਕਿਵੇਂ ਆਏ ਜੀ ਤੈਨੂੰ ਮਿਲਣ ਆਈ ਆ ਹੋਰ ਕੀ ਜ਼ਿਆਦਾ ਫਰੈਂਕ ਨਹੀਂ ਹੋਣਾ ਮੈਨੂੰ ਕੀ ਕੰਮ ਆ ਤੁਹਾਨੂੰ ਮੇਰੇ ਨਾਲ ਇਹਨਾਂ ਦੀ ਸੰਸਥਾ ਕੋਈ ਸੰਸਥਾ ਤੋਂ ਕੋਈ ਕੰਮ ਹੈ ਉਹਦੇ ਵਾਸਤੇ ਹਾਂਜੀ 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 ਪਰ ਤੁਹਾਡੀ ਸੰਸਥਾ ਦੇ ਮੈਂ ਕੀ ਕੰਮ ਆ ਸਕਦਾ ਆਪਾਂ ਇਦਾਂ ਸਾਰੀਆਂ ਹਵਾਈ ਗੱਲਾਂ ਹੀ ਕਰਨੀਆਂ ਕਿ ਸਾਹਮਣੇ ਬਹਿ ਕੇ ਵੀ ਗੱਲ ਕਰ ਸਕਦੇ ਹਾਂ ਅੱਛਾ ਠੀਕ ਹੈ ਆ ਜਾਓ ਉੱਪਰ ਉਧਰ ਦੀ ਆ ਜਾਓ ਅਸੀਂ ਆ ਜਾਂਦੇ ਹਾਂ ਉੱਪਰ ਹਾਂਜੀ ਆਓ ਜੀ ਮਨ ਵੀ ਇੱਕ ਚੀਜ਼ ਧਿਆਨ ਚ ਰੱਖਣੀ ਹੈ ਕਿ ਤੁਸੀਂ ਉਹਨੂੰ ਜਾਣਦੇ ਨਹੀਂ ਠੀਕ ਹੈ ਫਸਟ ਟਾਈਮ ਮਿਲ ਰਹੇ ਤੁਸੀਂ ਉਹਨੂੰ ਜੀ ਮਾਈਂਡ ਇਟ ਯੂ ਆਰ ਅਨਨੋਨ ਟੂ ਹਿਮ ਸਤਿ ਸ਼੍ਰੀ ਅਕਾਲ ਜੀ ਆਓ ਬੈਠੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਉੱਥੇ ਬਹਿ ਜਾਓ ਵੀਰ ਦੇ ਕੋਲ ਨਹੀਂ ਇੱਥੇ ਨਹੀਂ ਜੀ ਤੁਸੀਂ ਇੱਧਰ ਉਹਨਾਂ ਦੇ ਨੰਦ ਭਰਾ ਲੋਕੇ ਇਕੱਠੇ ਬਿਠਾਈ ਜਾਂਦੇ ਇੱਧਰ ਬੈਠੋ ਜੀ ਹਾਂਜੀ ਨਹੀਂ ਤੁਸੀਂ ਇੱਦਾਂ ਕਰੋ ਤੁਸੀਂ ਇੱਧਰ ਹੀ ਆ ਜਾਓ ਜੀ ਇਹ ਕੀ ਕਰ ਰਹੇ ਆ ਯਾਰ ਚੱਲ ਤੂੰ ਬਹਿ ਜਾ ਇੱਥੇ ਮੈਂ ਉੱਧਰ ਬਹਿ ਜਾਣਾ ਕੋਈ ਗੱਲ ਨਹੀਂ ਹਾਂਜੀ ਦੱਸੋ ਕਿਵੇਂ ਤਸ਼ਰੀਫ ਲਏ ਮੈਂ ਗਰੀਬਾਂ ਦੀ ਮਦਦ ਦੇ ਲਈ ਆਈ ਆ ਮਿਹਰਬਾਨੀ ਜੀ ਪਰ ਅਸੀਂ ਇੰਨੇ ਵੀ ਗਰੀਬ ਨਹੀਂ ਹੈਗੇ ਨਹੀਂ ਨਹੀਂ ਆਈ ਮੀਨ ਗਰੀਬਾਂ ਦੇ ਵਾਸਤੇ ਮਦਦ ਲੈਣਾ ਹੀ ਆ ਮੇਰੇ ਖਿਆਲ ਨਾਲ ਇਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਇਹਨਾਂ ਦੀ ਸੰਸਥਾ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਦੀ ਹੈ ਤੇ ਉਹਦੇ ਵਾਸਤੇ ਤੁਹਾਡੇ ਕੋਲੋਂ ਫੰਡਿੰਗ ਲੈਣ ਆਏ ਆ ਫਿਰ ਕਿਆ ਜਿੱਦਾਂ ਉਹ ਬਜ਼ੁਰਗ ਦੀ ਮਦਦ ਨਹੀਂ ਕੀਤੀ ਆਪਾਂ ਡਿੰਪੇ ਤੂੰ ਇਹਨਾਂ ਬਾਰੇ ਕੁਝ ਜ਼ਿਆਦਾ ਹੀ ਨਹੀਂ ਜਾਣਦਾ ਠੀਕ ਹੈ ਜੀ ਅੱਗੇ ਤੋਂ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਨਾ ਉਹਨਾਂ ਨੂੰ ਭੇਜ ਦੇਣਾ ਤੁਹਾਨੂੰ ਆਪ ਆਉਣ ਦੀ ਜ਼ਰੂਰਤ ਨਹੀਂ ਉਹ ਵੀ ਆਏ ਜੀ ਬੇੜਾ ਕਰ ਕਿੱਥੇ ਬਾਹਰ ਇਹ ਕਿੱਧਰ ਗਏ ਲਾਗੀ ਸਮਝ ਕਿੱਦਾਂ ਗੱਲ ਕਰਨੀ ਆਪਾਂ ਅੰਦਰ ਜਾ ਕੇ ਠੀਕ ਹੈ ਨਾ ਹਾਂ ਦੱਸੋ ਜਰਾ ਕਿੱਦਾਂ ਗੱਲ ਕਰੋਗੇ MLA ਸਾਹਿਬ ਅਸੀਂ ਬਹੁਤੇ ਗਰੀਬ ਹੈ ਓਏ ਉਹ ਤਾਂ ਤੇਰੀ ਸ਼ਕਲ ਤੇ ਹੀ ਲਿਖਿਆ ਯਾਰ ਕਿੰਨੀ ਵਾਰੀ ਦੱਸਿਆ MLA ਨਹੀਂ ਕਹਿਣਾ ਪਰ ਕਿਉਂ ਓਏ ਆਪਣੇ MLA ਸਾਹਿਬ ਜ਼ਮੀਨਾਂ ਜੁੜੇ ਹੋਏ ਆਦਮੀ ਨੇ ਦਿਲੋਂ ਸੇਵਾ ਕਰਨਾ ਜਾਣਦੇ ਨੇ ਉਹ ਲੋਕਾਂ ਦੀ ਮਿਹਨਤ ਤਰਲਾ ਕਿਸੇ ਦਾ ਪਸੰਦ ਨਹੀਂ ਕਰਦੇ ਉਹ ਤੁਹਾਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਓਏ ਹੋਏ ਹੋਏ ਉਹ ਜੀਓ ਮੁੰਡਿਆ ਜਫੀ ਪਾ ਲੋ ਵੀ ਹੁਣ ਸਾਰੇ ਨੇ ਸੁਣ ਲਿਆ ਨਾ ਇਹਨੂੰ ਫਾਲੋ ਕਰਨਾ ਜਿੱਦਾਂ ਇਹ ਗੱਲ ਕਰਦਾ ਉਦਾਂ ਕਰਨੀ ਸਾਰਿਆਂ ਨੂੰ ਦੱਸ ਵੀ ਕਿੱਦਾਂ ਗੱਲ ਕਰਨੀ MLA ਸਾਹਿਬ ਤੇਰਾ ਬੇੜਾ ਗਰਕ ਜਿੱਥੋਂ ਦੀ ਖੋਤੀ ਉੱਥੇ ਹੀ ਅਣ ਖਲੋਤੀ MLA ਨਹੀਂ ਕਹਿਣਾ ਉਹ CM ਬਣਨ ਵਾਲੇ ਯਾਰ ਆਪਾਂ MLA ਕਹਿੰਦੇ ਚੰਗੇ ਲੱਗਦੇ ਆ ਫਿਰ CM ਕਹਿ ਦੇਣਾ ਜਲਾ ਨਹੀਂ ਯਾਰ CM ਨਹੀਂ ਬਣੇ ਅਜੇ ਇਸ ਕਰਕੇ CM ਨਹੀਂ ਕਹਿ ਸਕਦੇ ਨੋ CM ਨੋ MLA ਓਕੇ ਠੀਕ ਹੈ ਭਾਜੀ ਸਾਰੇ ਉਦਾਂ ਗੱਲ ਕਰੋ ਸਾਹਿਬ ਬਹਾਦਰ ਜਨਾਬ ਹਾਂ ਜਨਾਬ ਕਹੋ ਉਹ ਯਾਰ ਭਰਾ ਜੀ ਭਾਜੀ ਭਾਈ ਸਾਹਿਬ ਕੁਝ ਵੀ ਕਹੋ MLA CM ਨਾ ਕਹੋ ਠੀਕ ਹੈ
अगर समान आ कहना हाई नी जे देंदा तो घट तोलदा पिछो बजदा ब्लैक कर दिंदा कोई नमें देख हां भी काका तेरी की समस्या लंबना दी कुड़ी तां पहला ही मैनू वेखदी सी मैं जाके ओनू प्रपोज करता ओने जाके पुलिस नु शिकायत कर दी कहंदे मैनू तंग करदा दसो मैं की करा इंद्रे दी मदद कर भाई तू मेरे कोल पासे आ जा मैं दोना तन्नू आशकी दा परमिट आ जा हां जी माता जी तुहाडी की समस्या मैं पुत मैं बैंक च पैसा लेण जाने आ ते मैनेजर मेरी गल नहीं सुनदा अच्छा ते कदे कहंदा ओ कागज लियाओ कदे कहंदा ओ कागज लियाओ ते मैं कोई ना माता जी खज्जल होके आ जाने अज तो बाद तुसी खज्जल नहीं होंगे मैं देखता हूँ उस मैनेजर ने आओ खून अपना रंग दिखांदा जनता विच परता पिंडा विच खुशहाली आंदी एहो जे इना दा ताप पंज दरिया दा पानी सिर ते चढ़ के बोले अज पुरखा दा अवतार जी वेखे आके मिलिया अखबार ते गुस्सा लाउण नाल कुछ नहीं होना दमन ओ सब कुछ छट छड़ा के पिंड चला गया ते लोकां दा होर भी चेता बन गया सियासत च नहीं उनु ता साला फिल्मा च होना चाहिदा सी साला रोज नवे तो नवे नवे तो नवे पर पंच सोचदा रहिंदा है जो भी है ओने तेरा सीन खराब कर देना है। जे एदा ही चलता रहा ना मैं तेनो सीएम अनाउंस करवाता देना है पर लोकां नूं ए फैसला मंजूर नहीं होना सीएम ता दमनजीत सिंह दे इलावा होर कोई नहीं बन सकदा युद्धवीर नूं अखबार दियां सुर्खियां बनन दा बहुत शौक है ना कल एक होर नई सुर्खी बनूगी उस दे नां दी शाबाश यदवीर तेरी चढ़ाई है भाई हां मेरा मतलब जिन्नी हुण तेरी चढ़ाई है ना तेनू लीडर बन जाना चाहिए क्यों जी इंद्र गड्डी रोक ना बनी यार तू तो गुस्सा कर गया मैं कोई गलत गल कह गड्डी रोक यार इंद्र सॉरी कहता यार भाई सॉरी कहता तू अबे कुड़ी सन बेइज्जती करी जांदा यार यार मेनू प्यास लगी है मैं पानी पीना ओ तुसी कुछ लाओगे नो थैंक्स हां भाई रोक आ ढाबे ते रोक ला सामने ओदे नाल जा जान दे उनू ओ जा भरावा एक पानी दी बोतल दे यार सर एक की दो लाओ जी ना बस एक ही बहुत है हां लाओ जी पैसे है? पैसे ता जी अपा पुलिस वाले ने दे दिया चढ़े महीने ओ अगे पचाउंदे ने जा नहीं पचाउंदे ए उनां दी जिम्मेवारी है जनाब कहो तो अगो तो तुहानू दे दिया करांगे बोलो यार की ये बलियां मरी जांदा बकवास मारदा वे कि नशे दी वाद घाट है सारे अमली नु तू चल मैं पैसे दे के आना एक अखबार ले आई हां मैं ले आना की बकवास करदा शर्म नहीं आंदी तैनू किन्ने पैसे तेरे 20 रुपए हां चेक अखबार दे कज दी 5 रुपए खुले दियो ता मिलू 5 खुले ने हुण ते 10 दे पाड़ के दे दियां बकवास करदा जुबान किड्डी इतनी अखबारां होर किन्नियां तेरे कोल एदे नाल दियां ਹੋਣ ਗਿਆ 50-60 ਸਾਰੀਆਂ ਫੜਾ ਮੈਨੂੰ ਲੈ 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 ਸਾਰੀਆਂ ਤੈਨੂੰ ਵੇਚ ਕੇ ਨਾ ਬਾਕੀ ਸਾਰਾ ਦਿਨ ਮੈਂ ਕੀ ਵੇਚੂੰਗਾ ਤੜਫਿਆ ਕਿਦਾਂ ਜਦੋਂ ਸੱਪ ਲੜਿਆ ਹੁੰਦਾ ਸਾਰੇ ਪੈਸੇ ਦੇਣੇ ਮੈਂ ਤੈਨੂੰ ਨਾ ਮੈਂ ਪੈਸੇ ਦੇ ਕੇ ਲੈ ਕੇ ਮੈਂ ਸਾਰੀਆਂ ਵੇਚਣੀਆਂ ਹੀ ਨਹੀਂ ਆ ਵੀ ਰੱਖ ਆਪਣੇ ਕੋਲ ਰੱਖ ਲੈਨੇ ਆ ਕਿਵੇਂ ਆ ਜਾਂਦੇ ਆ ਮੂੰਹ ਚੁੱਕ ਕੇ ਡਿੰਪੀ ਤੈਨੂੰ ਖਵਾਰ ਲਿਆਉਣ ਲਈ ਕਿਹਾ ਸੀ
ਪੁਰਾਣੀਆਂ ਖਬਰਾਂ ਸੀ ਉਹਦੇ ਕੋਲ ਸਾਰੀਆਂ ਯਾਰ। ਚੱਲ ਚਲੋ ਬਾਹਰ, ਆ ਡੰਡਾ ਵੇਖਦਾ ਖਾਰੂ ਪਾਇਆ ਇੱਥੇ। ਚੱਲ ਭਰਾ, ਉਹ ਕੀ ਹੋਇਆ? ਫੋਟੋ ਛਪੀ ਆਪਣੇ ਹੀਰੋ ਦੀ ਅਖਬਾਰ ਚ। ਕੀ ਕਹਿ ਰਿਹਾ? ਜਿੰਨਾ ਅਸੀਂ ਇਹਨੂੰ ਲੁਕੋ ਲੁਕੋ ਕੇ ਰੱਖਦੇ ਹਾਂ ਨਾ, ਇਹਦਾ ਪਰਛਾਵਾਂ ਬਣ ਕੇ ਦੇ ਨਾਲ ਰਹਿੰਦੇ ਹਾਂ ਵੀ ਇਹਨੂੰ ਹਕੀਕਤ ਪਤਾ ਨਾ ਲੱਗੇ। ਅਖਬਾਰ ਵਾਲਿਆਂ ਨੇ ਫਰੰਟ ਪੇਜ ਤੇ ਫੋਟੋ ਲਾ ਦਿੱਤੀ ਇਹਦੀ। ਨਿਆਣੇ ਵੀ ਨਾ, ਅੱਜ ਦੀ ਅਖਬਾਰ ਦਾ ਕੀ ਹਾਲ ਕੀਤਾ? ਐਮ ਐਲ ਏ ਬਣਿਆ ਲੋਕਾਂ ਦਾ ਨਾਇਕ। ਲੋਕਾਂ ਦੇ ਭਲੇ ਲਈ ਸੜਕਾਂ ਤੇ ਉਤਰਿਆ। ਇੰਦਰ ਆਪਣੇ ਹਲਕੇ ਦਾ ਐਮ ਐਲ ਏ ਕੌਣ? ਆਪਣਾ ਐਮ ਐਲ ਏ ਆਪਣਾ ਅਖਬਾਰ ਚ ਫੋਟੋ ਵੀ ਛਾਪੀ ਆ। ਫੋਟੋ ਦਿਖਾ। ਇਹ ਤਾਂ ਬੱਚਿਆਂ ਨੇ ਚੰਗੀ ਕਲਾਕਾਰੀ ਕੀਤੀ ਹੈ। ਬੱਚੇ ਕਹਿੰਦੇ ਨਾ ਬੱਚੇ ਰੱਬ ਦਾ ਰੂਪ ਹੁੰਦੇ ਆ। ਯੂ ਨੋ ਬੈਠੋ। ਅੱਜ ਤਾਂ ਰੱਬ ਨੇ ਬਚਾ ਲਿਆ ਹੀ ਭਰਾਵਾ। ਉਹ ਲਿਆ ਕਰੀਏ ਹੁਣ ਤੋਂ ਰੱਬ ਦਾ ਨਾਂ। ਹੋਰ ਜੀ, ਸਤਿ ਸ੍ਰੀ ਅਕਾਲ ਜੀ। ਹੋਰ ਜੀ, ਲੱਗ ਗਈ ਬੁੜੀ ਦੀ ਪੈਨਸ਼ਨ? ਹਾਂ, ਚੰਗਾ ਹੋਇਆ। ਹੋਰ ਹੋਰ ਵਧੀਆ, ਸਭ ਠੀਕ ਠਾਕ ਆ। ਕੰਮ ਕਰ? ਕੰਮ ਕਰ ਤੁਹਾਨੂੰ ਪਤਾ ਹੀ ਆ ਜੀ, ਝੋਨਾ ਲਾ ਤਾ, ਫਿਰ ਰਾਤ ਨੂੰ ਬੱਤੀ ਆਉਂਦੀ, ਪਾਣੀ ਪੂਣੀ ਲਾ ਦੀਦਾ ਜੀ। ਅੱਛਾ, ਪਸ਼ੂ ਨੂੰ ਪੱਠੇ ਪਾ ਦੇਣੇ? ਸਵੇਰੇ ਸਵੇਰੇ ਪਾਤੇ ਜੀ। ਅੱਛਾ, ਮਤਲਬ ਹੋਰ ਕੋਈ ਕੰਮ ਕਰਨੀ? ਅੱਜ ਕੰਮ ਨੂੰ ਕਾਕਾ ਜੀ, ਮੈਂ ਕਿਹੜਾ ਕਿਤੇ ਪਟਵਾਰੀ ਲੱਗਾ। ਚਾਹ ਪਾਣੀ? ਚਾਹ ਮੈਂ ਸਵੇਰੇ ਪੀ ਲਈ ਜੀ। ਫਿਰ ਇੱਦਾਂ ਕਰ, ਇੱਕ ਚਾਹ ਮਤਲਬ ਦੋ ਚਾਹ ਦੇ ਕੱਪ, ਸਾਨੂੰ ਦੋਹਾਂ ਨੂੰ ਵਧੀਆ ਚਾਹ ਪਿਲਾ। ਕਾਕਾ ਜੀ, ਤੁਸੀਂ ਕਦੋਂ ਤੋਂ ਚਾਹ ਪੀਣ ਲੱਗ ਗਏ ਜੀ? ਵੈਸੇ ਹੀ ਅੱਜ ਦਿਲ ਜਿਹਾ ਕੀਤਾ। ਮੈਂ ਫਿਰ, ਤੁਸੀਂ 10 ਮਿੰਟ ਖਲੋ ਜਾਓ, ਮੈਂ ਧਾਰਾਂ ਕੱਢ ਕੇ ਤਾਜ਼ੇ ਦੁੱਧ ਹੀ ਬਣਾ ਕੇ ਪਿਆਊਂਗਾ। ਯਾਰ ਤੂੰ ਤਾਜ਼ੇ ਦੁੱਧ ਵਾਲੀ ਛੱਡ, ਸਾਨੂੰ ਦੋਹਾਂ ਨੂੰ ਬਲੈਕ ਟੀ ਪਿਲਾ ਦੇ। ਮੈਨੂੰ ਕਿੱਥੇ ਜੀ, ਬਲੈਕ ਬਲੂਕ ਸ਼ਹਿਰਾਂ ਵਾਲੀ ਆਉਂਦੀ ਬਣਾਉਣੀ। ਜਾਂ ਫਿਰ ਪਾਣੀ ਦਾ ਗਲਾਸ ਇੱਕ ਲੈ ਕੇ। ਭਈ ਗਰਮੀ ਨਾਲ ਪਿਆ ਗਲਾਸ, ਜਿੰਨਾ ਮਰਜ਼ੀ ਪਾਣੀ ਪੀਓ। ਯਾਰ ਤੂੰ ਜਾ ਇੱਥੇ, ਜਾ। ਹਾਂਜੀ। ਜਾ ਤਾਰਾਂ ਕੱਢ, ਦੁੱਧ ਵਾਲੀ ਚਾਹ ਬਣਾ ਕੇ ਲਿਆ ਤੇ ਹੁਣ ਅੱਧਾ ਘੰਟਾ ਮੈਨੂੰ ਮੂੰਹ ਨਾ ਦਿਖਾਈ। ਅੱਧਾ ਘੰਟਾ ਜੀ, ਤੁਰਦਾ ਬਣ। ਕਮਾਲ ਹੈ, ਕਾਕਾ ਜੀ ਚਾਹ ਕਿਉਂ ਪੀ ਰਹੇ? ਸੋਰੀ ਜੀ। ਚਲੋ ਮੈਂ ਚੱਲਦੀ ਹਾਂ ਫਿਰ। ਅੱਛਾ ਜੀ, ਜ਼ਰੂਰੀ ਹੈ ਜੀ? ਅੱਛਾ ਚਲੋ ਫਿਰ, ਮੈਂ ਤੁਹਾਨੂੰ ਛੱਡ ਕੇ ਆਉਂ। ਬਿਨਾ ਚਾਹ ਪੀਤੇ ਜਾ ਰਹੇ ਹੋ? ਵੈਸੇ ਕੰਮ ਸਾਰੇ ਠੀਕ ਹੋ ਗਏ, ਮੇਰੇ ਵੱਲੋਂ ਕੋਈ ਕਮੀ ਪੇਸ਼ੀ ਤਾਂ ਨਹੀਂ ਰਹੀ? ਨਹੀਂ ਨਹੀਂ, ਮੈਨੂੰ ਲੱਗਦਾ ਮੈਂ ਹੀ ਤਕਲੀਫ ਸ਼ਾਇਦ ਤੁਹਾਨੂੰ ਜ਼ਿਆਦਾ ਦਿੱਤੀ। ਆਪਣੇ ਦੀ ਕਾਹਦੀ ਤਕਲੀਫ ਜੀ? ਜੀ ਉਹ ਮੇਰਾ ਮਤਲਬ ਹੁਣ ਤਾਂ ਜਾਣ ਪਹਿਚਾਣ ਵੀ ਹੋ ਗਈ, ਦੋਸਤੀ ਵੀ ਹੋ ਗਈ, ਤੇ ਨਾਲੇ ਭਲੇ ਦਾ ਕੰਮ ਜੀ। ਅੱਗੇ ਤੋਂ ਕੋਈ ਵੀ ਕੰਮ ਕਰ ਦੀ ਜ਼ਰੂਰਤ ਹੋਵੇ ਜੀ, ਤੁਸੀਂ ਮੈਨੂੰ ਜ਼ਰੂਰ ਦੱਸਣਾ ਜੀ। ਮੈਨੂੰ ਤੁਸੀਂ ਆਪਣਾ ਨੰਬਰ ਦੇ ਦਿਓ। ਤੁਸੀਂ ਮੈਨੂੰ ਆਪਣਾ ਨੰਬਰ ਨਹੀਂ ਦੇ ਸਕਦੇ? ਹਾਂ ਕਿਉਂ ਨਹੀਂ, ਬਿਲਕੁਲ। ਬਾਈ ਪੈਨ ਹੈ? ਹਾਂ ਹੈਗਾ। ਹੈਲੋ, ਹੈਲੋ ਜੀ, ਤੁਸੀਂ ਹੱਥ ਤੇ ਲਿਖ ਦਿਓ ਜੀ। ਲੋ ਜੀ, ਥੈਂਕ ਯੂ। ਓਕੇ ਜੀ, ਓਕੇ ਜੀ, ਓਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਆਵੇ ਮਾਹੀ ਤੈਨੂੰ ਨੈਣਾ ਚ ਵਸਾ ਕੇ। ਬਾਪੂ ਜੀ, ਫੜਾਓ ਕਈ, ਮੈਨੂੰ ਲਿਆਓ, ਲਿਆਓ, ਦਿਓ ਨਾ ਬੁੱਢਾ ਕਰ ਲੂ, ਇੱਧਰ ਨੂੰ ਕੱਢਣਾ ਪਾਣੀ। ਲਓ ਲਓ ਬਾਪੂ ਜੀ, ਹੋ ਗਿਆ ਚੰਗਾ ਪੁੱਤ, ਜਮਾ ਆਪਣੇ ਪਿਓ ਤੇ ਗਿਆ।
ਛੇਤੀ ਚੱਲ ਜਾਣ। ਤਲ ਭਲਾਵਾ ਪਦ ਪਦ ਛਿੱਕੜ ਛਿੱਲੀ ਇੱਕ ਮਾਮੂਲੀ ਜੇ ਬੰਦੇ ਦਾ ਕੰਡਾ ਨਹੀਂ ਕੱਢ ਸਕੇ। ਪਾਦੀ ਉਹ ਕੋਈ ਮਾਮੂਲੀ ਬੰਦਾ ਨਹੀਂ ਹੈਗਾ ਜਨਾਬ, ਉਹ ਤਾਂ ਬਹੁਤ ਵੱਡਾ ਭਲਵਾਨ ਹੈ। ਉਸ ਪਿੰਡ ਵਿੱਚ ਅਸੀਂ ਕੀ ਸਾਡੇ ਫਰਿਸ਼ਤੇ ਵੀ ਉਹਦੀ ਹਵਾ ਵੱਲ ਨਹੀਂ ਵੇਖ ਸਕਦੇ। ਊਂਟ ਦੀ ਸਵਾਰੀ ਕਰਨ ਵਾਲੇ ਕੁੱਤਿਆਂ ਤੋਂ ਨਹੀਂ ਡਰਦੇ। ਕਰਨਾ ਹੀ ਪੈਣਾ ਇਹਦਾ ਕੋਈ ਪੱਕਾ ਇਲਾਜ। ਬਾਈ ਜੀ ਮਾਰਿਓ ਮਾਰੀ ਝਾਤ। ਪਤੰਦਰੇ ਸੀ ਕੌਣ? ਮੇਰੇ ਨਾਲ ਕਿਹੜੀ ਵੱਟਦਾ ਰੌਲਾ ਸੀ? ਡਾਂਗਾ ਸੋਟੇ ਲੈ ਕੇ ਮੇਰੇ ਮਗਰ ਪੈ ਗਏ। ਕਾਕਾ ਜੀ ਇਹ ਤਾਂ ਮੈਨੂੰ ਪਤਾ ਨਹੀਂ ਕੌਣ ਸੀਗੇ, ਪਰ ਇੱਕ ਵਾਰ ਮੇਰੇ ਹੱਥ ਆ ਜਾਂਦੇ ਨਾ ਮੈਂ ਕੱਲਾ ਕੱਲਾ ਚੋਣਾ ਸੀ। ਉਹ ਹੁੰਦੇ ਕੌਣ ਨੀ ਸਾਰੇ ਕਾਕੇ ਨੂੰ ਹੱਥ ਲਾਉਣ ਵਾਲੇ? ਵਾਹਿਗੁਰੂ ਨੂੰ ਸਵਾਤ ਦੇਵੇ। ਜਨਾਬ ਹੈ ਤਾਂ ਇੰਨੇ ਛਿੱਤਰ ਖਾ ਕੇ ਵੀ ਕੁਝ ਨਹੀਂ ਬੋਲ ਰਿਹਾ। ਭਾਜੀ ਬਾਲਾ ਢੇਠ ਹੈ ਮੇਰੇ ਸਾਲੇ ਦਾ। ਬੰਦੇ ਨੂੰ ਇੰਨਾ ਮੌਤ ਦਾ ਫਿਕਰ ਨਹੀਂ ਡਰਾਉਂਦਾ ਜਿੰਨਾ ਦਮਨ ਦਾ ਜ਼ਿਕਰ ਡਰਾਉਂਦਾ ਹੈ। ਸੌਰਵ ਕੁੱਤੇ ਦਾ ਹੱਡ ਦਮਨਜੀਤ ਰੋਜ਼ ਕੋਈ ਨਾ ਕੋਈ ਨਵਾਂ ਸ਼ਗੂਫਾ ਕੱਢ ਲਿਆਉਂਦਾ। ਕਿੱਥੇ ਤਾਂ ਆਪਣੇ ਯਾਰ ਨੂੰ ਸੀਐਮ ਬਣਾਉਣ ਵਾਸਤੇ ਪਰਲੋ ਲਿਆਂਦੀ ਹੋਈ ਸੀ ਆਪਾਂ, ਤੇ ਹੁਣ ਤੇ ਇਸੇ ਚੀਜ਼ ਨੇ ਜਾਨ ਸਕਾਈ ਪਈ ਹੈ ਕਿ ਪੁਲਿਸ ਨੇ ਕੀਸੀਆਂ ਬਹੁਤ ਕਰਾਉਣੀਆਂ। ਯਾਰ ਮੈਂ ਜਾਣਦਾ ਬਿੱਲੇ ਨੂੰ, ਉਹ ਜਿੰਨਾ ਨਿਸ਼ਾਨੇ ਦਾ ਪੱਕਾ ਨਾ ਉਹਨਾਂ ਜ਼ਬਾਨ ਦਾ ਵੀ, ਪਰ ਸਲਾ ਹੱਥ ਕਿੱਦਾਂ ਲੱਗ ਗਿਆ ਉਹਨਾਂ ਦੇ? ਯਾਰ ਕਿੱਦਾਂ ਹੱਥ ਲੱਗ ਗਿਆ ਉਹਨੂੰ ਗੋਲੀ ਮਾਰ, ਹੁਣ ਇਹ ਸੋਚ ਵੀ ਉੱਥੋਂ ਕੱਢ ਕੇ ਕਿੱਦਾਂ ਲਿਆਉਣਾ ਉਹਨੂੰ। ਉੱਠ ਉੱਠ ਸਵੇਰ ਹੋ ਗਈ। ਬੜਾ ਘਟਾਪਾ ਚੜਨਾ ਯਾਰ, ਬਚਾ ਲੈਂਦਾ ਤਿਆ
ਗਿੱਲ ਸਾਹਿਬ ਦਾ ਫੋਨ। ਓ ਯਾਰ ਇੱਕ ਤੋਂ ਇੱਕ ਨਵੀਂ ਮੁਸੀਬਤ ਆਈ ਜਾਂਦੀ ਹੈ। ਕੀ ਕਹਿਣਾ ਇਹਨਾਂ ਨੂੰ ਹੁਣ? ਚੱਕ ਫੋਨ। ਮੈਂ ਕੀ ਕਹਿਣਾ ਇਹਨਾਂ ਨੂੰ? ਮੈਂ ਕਹਿਣਾ ਯਾਰ ਜੋ ਤੁਸੀਂ ਇਹਨਾਂ ਨਾਲ ਗੱਲ ਕਰਨੀ ਤੇ ਕਰਾ ਦੇ ਗੱਲ। ਹੈਲੋ ਸਤਿ ਸ੍ਰੀ ਅਕਾਲ ਜੀ। ਹਾਂਜੀ ਬਸ ਚਿੰਤਾ ਨਾ ਕਰੋ, ਮੈਂ ਬਹੁਤ ਜਲਦੀ ਆ ਜਾਣਾ ਜੀ, ਆ ਕੇ ਮਿਲਦਾ ਤੁਹਾਨੂੰ ਮੈਂ। ਹਾਂਜੀ ਡਿੰਪੀ ਜੋਤਵੀਰ ਦੀ ਆਵਾਜ਼ ਚ ਦਾਲ ਚ ਕੁਝ ਕਾਲਾ ਲੱਗਦਾ। ਜੀਪ ਤਿਆਰ? ਹਾਂਜੀ ਬਾਈ ਜੀ, ਚੱਲ ਚਲੀਏ। ਮਾਨਵੀ ਪੁੱਤਰ। ਪਾਪਾ ਤੁਸੀਂ ਅੱਜ ਬੜੀ ਸਵੇਰੇ ਉੱਠ ਗਏ। ਓ ਧੀਏ, ਮੈਂ ਪਿਛਲੇ 30 ਸਾਲਾਂ ਤੋਂ ਰੋਜ਼ ਜਲਦੀ ਹੀ ਉੱਠ ਰਿਹਾ, ਪਰ ਕੀ ਗੱਲ ਅੱਜ ਕੱਲ ਤੁਸੀਂ ਕੋਈ ਛੇਤੀ ਉੱਠਣਾ ਸ਼ੁਰੂ ਕਰ ਦਿੱਤਾ। ਪੁੱਛ ਸਕਦਾ ਕਿ ਤਿਆਰੀ ਕਿੱਥੋਂ ਦੀ ਹੈ? ਓ ਪਾਪਾ। ਕੀ ਗੱਲ, ਝੂਠ ਬੋਲਣਾ ਔਖਾ ਲੱਗ ਰਿਹਾ? ਧੀਏ ਤੇਰੀ ਚੁੱਪੀ ਸਾਰਾ ਸੱਚ ਸਾਬਿਤ ਕਰ ਰਹੀ ਹੈ, ਬਸ ਇਹ ਗੱਲ ਦਾ ਧਿਆਨ ਰੱਖੀ। ਮੈਂ ਆਪਣੀ ਇੱਜ਼ਤ ਬਣਾਉਣ ਲਈ ਸਾਰੀ ਉਮਰ ਲਾ ਦਿੱਤੀ ਹੈ, ਜੋ ਇਸ ਵੇਲੇ ਤੇਰੇ ਹੱਥਾਂ ਵਿੱਚ ਹੈ। ਕੀ ਗੱਲਾਂ ਕਰ ਰਹੇ ਹੋ ਪਾਪਾ, ਯੁੱਧਵੀਰ ਏਦਾਂ ਦਾ ਨਹੀਂ ਹੈ, ਉਹ ਤੁਹਾਡੀ ਬਹੁਤ ਇੱਜ਼ਤ ਕਰਦਾ ਹੈ। ਧੀਏ ਰਾਜਨੀਤੀ ਵਿੱਚ ਨਾ ਕੋਈ ਮਾੜਾ ਚੰਗਾ ਨਹੀਂ ਹੁੰਦਾ, ਬਸ ਦੋਸਤ ਤੇ ਵਿਰੋਧੀ ਹੁੰਦੇ ਨੇ, ਤੇ ਉਹ ਵਿਰੋਧੀ ਪਾਰਟੀ ਦਾ ਹੈ। ਇਸ ਲਈ ਪੁੱਤਰ ਜੀ ਅੱਜ ਤੋਂ ਬਾਅਦ ਤੁਸੀਂ ਉਸਨੂੰ ਨਾ ਹੀ ਮਿਲੋ ਤੇ ਬਿਹਤਰ ਹੋਏਗਾ। ਲੇਕਿਨ ਪਾਪਾ ਮੈਂ ਉਹਨੂੰ ਪਿਆਰ ਕਰਦੀ ਹਾਂ। ਤੇ ਮੈਂ ਤੈਨੂੰ ਪੁੱਤਰ ਇਸ ਲਈ ਕਹਿਣਾ, ਤੂੰ ਜਿਹੜਾ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਾ, ਉਹ ਰਾਜਨੀਤੀ ਦੇ ਵਿੱਚ ਮੁਮਕਿਨ ਨਹੀਂ ਹੈ। ਪਾਪਾ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਕਿ ਰਾਜਨੀਤੀ ਤੇ ਪਰਿਵਾਰ ਨੂੰ ਅਲੱਗ ਅਲੱਗ ਰੱਖਣਾ ਚਾਹੀਦਾ, ਅੱਜ ਖੁਦ ਹੀ ਰਾਜਨੀਤੀ ਨੂੰ ਪਰਿਵਾਰ ਦੇ ਵਿੱਚ ਲੈ ਕੇ ਆ ਰਹੇ ਹੋ। ਮੇਰੀ ਧੀ ਹੈ ਨਾ, ਇਸ ਲਈ ਦਲੀਲਾਂ ਬਹੁਤ ਸੋਹਣੀਆਂ ਦੇ ਲੈਣੀ ਹੈ, ਪਰ ਇੱਕ ਗੱਲ ਦਾ ਧਿਆਨ ਰੱਖੀ, ਜੋ ਤੂੰ ਕਰਨਾ ਚਾਹੁੰਦੀ ਹੈ ਨਾ ਉਹ ਕਦੇ ਨਹੀਂ ਹੋ ਸਕਦਾ। ਪਾਪਾ ਪਲੀਜ਼ ਪਾਪਾ। ਐਨੀਮਲ ਪਲੈਨਟ ਦੇਖਦਾ ਹੁੰਦਾ? ਹਾਂ, ਕਿਉਂ? ਦੋ ਸ਼ੇਰ 30-40 ਗੈਂਡਿਆਂ ਨਾਲ ਲੜ ਸਕਦੇ ਆ? ਭਾਵੇਂ ਸ਼ੇਰਾਂ ਨੂੰ ਕੁੱਟ ਪਵੇ, ਲੜਨਾ ਤਾਂ ਸਾਨੂੰ ਪੈਣਾ ਭਰਾ। ਅੱਛਾ ਚੱਲ ਰੁਕੋ, ਐਂਟਰੀ ਆਪਾਂ ਏਦਾਂ ਲੈਣੀ ਹੈ ਜਿਵੇਂ ਸ਼ੋਲੇ ਵਾਲੇ ਜੈਤ ਤੇ ਵੀਰੂ। ਅੱਛਾ
हट जा यार मगरों ले जा गंजिया सॉरी दियो कदे वो लंडर जे पेंड आ जांदे तुहानू कुट्टण ते कदे तुसी कल्ले ही उहनां दे डेरे ते चले जांदे आ हूं चक्कर की आ की तोणाईयां कमाई जांदे हो यार वैसे तां असीं मरदे दम तक नहीं दसदे किसे उपरे नूं पर तू साडी यारा जान बचाई आ सच्ची वीर गल दसो की आ हूं गल दरअसल ए है छोटी जी मोरी वड्डे जहाज नु भी डुबो दिंदी है पर खुरदार चार दिन रह गए तेरी सौं चुकन विच दिमाग नु ठंडा रख नहीं रखा जांदा है ठंडा चार दिनां विच युद्धवीर ने की कर देना की पता मैं रोज एक नवी खेड बनाउना पर ओ सब कुछ बिगाड़ दिंदा है छोटियां खेड़ा खेड़न नु खेड़ नहीं कंधा च टक्करा मारना कहिंदे ने इना निक्कियां निक्कियां चालां नाल दो चार गज जमीन ते कब्जा तक कीता जा सकदा है पर पंजाब दी सत्ता ते नहीं जे चाल वड्डी मारनी है तां दाव वी वड्डा खेड बाजी अपने हाथ विच है जे है हुकम दा यक्का चल दे ले भी रोटी खा ला भाई झाकी की जाना खा रोटी ओ यार रोटी तो ठीक है आ गई है लस्सी है शक जा शाम नु दुध बदामा ना घोट के पियावांगे ओए उस्ताद क्यों यार मेनू बीमार करन ते लक बन्ने तुसी हैं भाई गर्मी बड़ी है पिलाउणी है कोई बीयर बूर पिला दो निर्णय काल जे कदे चपेड़ा खादी है ते अगो बंदा दसे भी ना भी मारियां क्यों सी की मतलब मतलब ये की नशे पत्ते दी गल तन्ने साडे अगे ता करती पर उस्ताद जी अगे ना करती क्यों ओ शराब नहीं पींदे ओ पिंड च किसे दे टीवी ते शराब दी मशहूरी नहीं आउण दिंदे तू पीण दी गल करदा इत्थे तैनू दुध दही मिलना की चुप करके दुध दुध था भाई मैं कदे अपनी मां दा भी नहीं पीता हाँ? की मतलब बेचारी जम दी उमर गई सी हर बाप मेरे साले दा सिरे दा शराबी ओने ता भाई आपदे तरीके नाल ही पालिया हाँ मेरे साले दा बोतल नु ही निपल ला लैंदा सीगा ओ उस्ताद कहानी है ता तेरी दुख भरी पर हासा पता नहीं क्यों आई जांदा पर इत्थे तैनू नशा मिलना नहीं मैं फिर भज भी जाऊंगा इत्थों शौक नाल जाओ सरकार अगे दमन दे बंदे बेचारे लभदे परेशान हुंदे होणे भाई 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 बेंती है बेंती है बेंती है तुसी मैनू दुध पिलाउणा है बीयर दी बोतल च लिया दो भाई मन नू ना सारा हौसला च रहूगा भी हाथ च बोतल है पिलाओ भी इहनू दुध ओ मुंडिया वे जरा बै मुंडिया कुड़ी वेख के कोरड़े छंद वरगी मेरा प्यार करन नू जी अरदा काका जी मैं भांडे रखण चलिया जी कुछ चाहिदा एक कप चाह दा बना दे चाह जी हां चाह अच्छा अच्छा हाँ मैं लामा अद्धे घंटे लिए बना के समझ गया समझ गया मुंडे अवे जरा बै मुंडे जेड़ी कैन फिरे तो गल कै मुंडे कुछ पता भी तो लगे हेलो हेलो हाँ जी कौन सत श्री अकाल जी मैं युद्धवीर बोल रहा व्हाट अ प्लेजेंट सरप्राइज इन्नी सवेरे सवेरे मैं वैसे असल च मैं पूछना सी की गरीबी पंजाब जी सच्ची ऊंची खत्म हो गई जी जी मैं मतलब समझी नहीं थोड़ा मैं क्या जी
ਦੋ ਦਿਨ ਹੋ ਗਏ ਤੁਸੀਂ ਕਿਸੇ ਲੋੜਵੰਦ ਗਰੀਬ ਨੂੰ ਲੈ ਕੇ ਨਹੀਂ ਆਏ। ਅੱਛਾ ਜੀ। ਪਤਾ ਹੀ ਨਾ ਲੱਗੇ ਅਸੀਂ ਇੱਕ ਹਾਂ ਕੇ ਦੋ। ਮਿੱਠੀ ਮਿੱਠੀ ਮਹਿਕ ਪਿੰਨੀ ਵਗਦੀ ਹਵਾ, ਅੱਜ ਕਿੰਨੀ ਚੰਗੀ ਚੰਗੀ ਲੱਗਦੀ ਹਵਾ। ਤੇਰੇ ਵਿੱਚ ਮੇਰੀ, ਮੇਰੀ ਤੇਰੇ ਵਿੱਚ ਲਾ, ਪਤਾ ਹੀ ਨਾ ਲੱਗੇ ਅਸੀਂ ਇੱਕ ਹਾਂ ਕੇ ਦੋ। ਪਤਾ ਤੈਨੂੰ ਵੀ ਨਾ ਕੋਈ, ਪਤਾ ਮੈਨੂੰ ਵੀ ਨਾ ਕੋਈ, ਪਹਿਲ ਤੇਰੇ ਵੱਲੋਂ ਹੋਈ ਸੀ ਜਾਂ ਮੇਰੇ ਵੱਲੋਂ ਹੋਈ। ਪਤਾ ਤੈਨੂੰ ਵੀ ਨਾ ਕੋਈ, ਪਤਾ ਮੈਨੂੰ ਵੀ ਨਾ ਕੋਈ, ਪਹਿਲ ਤੇਰੇ ਵੱਲੋਂ ਹੋਈ ਸੀ ਯਾ ਮੇਰੇ ਵੱਲੋਂ ਹੋਈ। ਹੌਲੇ ਹੌਲੇ ਹੁੰਦਾ ਹੁੰਦਾ ਪਿਆਰ ਗਿਆ ਹੋ, ਪਤਾ ਹੀ ਨਾ ਲੱਗੇ ਅਸੀਂ ਇੱਕ ਹਾਂ ਕਿ ਦੋ। ਰੱਬ ਜਾਣੇ ਹੋਇਆ ਮੈਨੂੰ ਕੀ, ਮੇਰਾ ਚਿੱਤ ਕਰ ਤੈਨੂੰ ਜਾਵਾਂ ਇੱਕ ਸਾਹਿਬੀ। ਹੋ ਰੱਬ ਦੀ ਸੋ ਰੱਬ ਜਾਣੇ ਹੋਇਆ ਮੈਨੂੰ ਕੀ, ਮੇਰਾ ਚਿੱਤ ਕਰੇ ਤੈਨੂੰ ਜਾਵਾਂ ਇੱਕ ਸਾਹਿਬੀ। ਸ਼ੀਸ਼ਾ ਬਣ ਚੱਲਾ ਮੇਰੇ ਸਾਹਮਣੇ ਖਲੋ, ਪਤਾ ਹੀ ਨਾ ਲੱਗੇ ਅਸੀਂ ਇੱਕ ਹਾਂ ਕੇ ਦੋ। ਅਸੀਂ ਇੱਕ ਹਾਂ ਕੇ ਡਰਾਮੇ ਦਾ ਸੂਤਰਧਾਰ ਗੁਰ ਪਿਆਰ। ਇਹ ਸਾਰੀ ਕਰਤੂਤ ਪ੍ਰਧਾਨ ਦੀ ਹੈ, ਵਰਨਾ ਉਸ ਦਮਨ ਦੀ ਇੰਨੀ ਔਕਾਤ ਨਹੀਂ। ਇੰਦਰ ਇੰਦਰ ਹਾਂ, ਇਹ ਸਾਰਾ ਮੀਡੀਆ ਆਪਣੇ ਪਿੰਡ ਵਾਲੇ ਕਿਉਂ ਤੁਰਿਆ ਆਉਂਦਾ ਬਈ? ਉਹ ਤੇਰੀ ਦੱਸ ਮਿੱਤਰਾ। ਹਾਂ ਉਧਰੋਂ ਨਹੀਂ, ਇਧਰੋਂ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਪਹੁੰਚਣਾ ਘਰੇ ਆਪਾਂ। ਪਿਛਲੇ ਕੁਝ ਦਿਨਾਂ ਤੋਂ ਬੜੇ ਨਾਕੀ ਤਰੀਕੇ ਨਾਲ ਚੱਲ ਰਿਹਾ ਪੰਜਾਬ ਦਾ ਸਿਆਸੀ ਘਟਨਾਕ੍ਰਮ ਅੱਜ ਇੱਕ ਬੜਾ ਹੀ ਹੈਰਤ ਅੰਗੇਜ਼ ਮੋੜ ਲੈ ਗਿਆ ਹੈ। ਜੋਗਾ ਸਿੰਘ ਨਾਮ ਦੇ ਸ਼ਖਸ ਨੇ ਹੁਣੇ ਹੁਣੇ ਸਾਡੇ ਚੈਨਲ ਨੂੰ ਇੱਕ ਐਕਸਕਲੂਸਿਵ ਬਿਆਨ ਰਾਹੀਂ ਇਹ ਕਬੂਲ ਕੀਤਾ ਕਿ ਜਿਸ ਟਰੱਕ ਨਾਲ ਸਰਦਾਰ ਗੁਰਪਿਆਰ ਸਿੰਘ ਜੀ ਦੀ ਕਾਰ ਟਕਰਾਈ ਉਸ ਨੂੰ ਉਹੀ ਚਲਾ ਰਿਹਾ ਸੀ। ਉਹ ਇੱਕ ਹਾਦਸਾ ਨਹੀਂ ਸੀ, ਸਗੋਂ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜੋ ਮੈਂ ਪੈਸੇ ਦੇ ਲਾਲਚ ਆ ਕੇ ਯੁੱਧਵੀਰ ਸਿੰਘ ਦੇ ਘਰ ਤੇ ਕੀਤਾ ਸੀ। ਡਿੰਪੀ ਇੰਦਰ ਬਹੁਤ ਵੱਡਾ ਪੰਗਾ ਪੈਣ ਵਾਲਾ, ਗੁਰਪਿਆਰ ਸਿੰਘ ਐਕਸੀਡੈਂਟ ਕੇਸ ਵਿੱਚ। ਮੈਨੂੰ ਕੁਛ ਨਹੀਂ ਪਤਾ ਤੁਸੀਂ ਕੀ ਗੱਲਾਂ ਕਰ ਰਹੇ ਹੋ। ਕੌਣ ਗੁਰਪਿਆਰ ਸਿੰਘ? ਉਹਨਾਂ ਦੇ ਸਾਥੀਆਂ ਦਾ ਕਹਿਣਾ
ਕਿ ਉਹਨਾਂ ਦੀ ਤਬੀਅਤ ਖਰਾਬ ਜੋ ਜਗਜੀਤ ਸਿੰਘ ਪਾਕ ਸਾਫ ਨਿਕਲ ਆਉਣਗੇ ਮੈਨੂੰ ਕੁਛ ਪਤਾ ਨੀ ਗੱਡੀ ਰੋਕ ਯਾਰ ਕੀ ਹੋਇਆ ਯੁੱਧਵੀਰ ਕੀ ਹੋ ਰਿਹਾ ਸਭ ਆਪਣਾ ਉਹ ਯੁੱਧਵੀਰ ਉਹ ਫਿਲਮ ਦੇਖੀ ਆ ਤੂੰ ਰਾਮ ਔਰ ਸ਼ਾਮ ਜਿੱਦਾਂ ਉਹਦੇ ਵਿੱਚ ਇੱਕੋ ਸ਼ਕਲ ਦੇ ਦੋ ਬੰਦੇ ਹੁੰਦੇ ਹਨ ਸੋ ਦਰਅਸਲ ਤੇਰਾ ਵੀ ਕੋਈ ਹਮ ਸ਼ਕਲ ਹੈ ਔਰ ਉਹਨੇ ਉਹ ਕੋਈ ਗਲਤ ਹਰਕਤ ਕਰ ਦਿੱਤੀ ਹੈ ਤੇ ਸਾਰੇ ਉਹਦੀ ਥਾਂ ਤੇ ਤੈਨੂੰ ਉਹ ਸਮਝੀ ਜਾਂਦੇ ਆ ਔਰ ਇਸੇ ਕਰਕੇ ਦੇਖ ਲੈ ਸਾਰਾ ਮੀਡੀਆ ਤੇਰੇ ਪਿੱਛੇ ਯੁੱਧਵੀਰ ਡਿੰਪੀ ਅਸੀਂ ਜੋ ਵੀ ਕਰ ਰਹੇ ਸੀ ਤੇਰੇ ਸੁਪਨੇ ਨੂੰ ਸੱਚ ਕਰਨ ਲਈ ਕੁਰਸੀ ਦਾ ਦਾਅਵੇਦਾਰ ਬਣਿਆ ਸੀਐਮ ਦੇ ਕਤਲ ਦਾ ਗੁਨਾਹਗਾਰ ਯੁੱਧਵੀਰ ਸਿੰਘ ਪ੍ਰਧਾਨ ਸਾਹਿਬ ਹੁਕਮ ਦਾ ਕੱਦ ਚੱਲ ਗਿਆ ਜੇ ਹਜੇ ਵੀ ਅਸੀਂ ਬਾਜ਼ੀ ਨਹੀਂ ਜਿੱਤਦੇ ਤਾਂ ਸਾਨੂੰ ਖਿਡਾਰੀ ਕੌਣ ਕਹਿੰਦਾ ਬਈ ਵਾਹ ਮਜ਼ਾ ਆ ਗਿਆ ਮਜ਼ਾ ਮਜ਼ਾ ਤੇ ਉਦੋਂ ਆਊਗਾ ਜਦੋਂ ਮੈਂ ਸੀਐਮ ਬਣੂੰਗਾ ਮੈਂ ਕੁਛ ਨਹੀਂ ਸੁਣਨਾ ਚਾਹੁੰਦਾ ਮਾਨਵੀ ਕੁਛ ਨਹੀਂ ਸੁਣਨਾ ਤੈਨੂੰ ਸੁਣਨਾ ਪਏਗਾ ਯੁੱਧਵੀਰ ਅੱਛਾ ਕੀ ਸੁਣਾਉਣਾ ਚਾਹੁੰਦੀ ਹੈ ਤੂੰ ਮੈਨੂੰ ਕਿੰਨੀ ਮਦਦ ਕਰੀ ਇਹਨਾਂ ਦੋਸਤਾਂ ਨੇ ਅਗਲੇ ਸਹੀ ਹੁੰਦੇ ਨਾ ਤੂੰ ਮੈਨੂੰ ਸਭ ਕੁਛ ਦੱਸਦੇ ਮੈਨੂੰ ਦੱਸ ਕਿਉਂ ਨਹੀਂ ਰਹੇ ਜਾਣਨਾ ਚਾਹੁੰਦਾ ਤੇਰੀ ਯਾਦਾਸ਼ਤ ਖੋ ਗਈ ਸੀ ਮੇਰੀ ਯਾਦਾਸ਼ਤ ਚਲੀ ਗਈ ਸੀ ਹਾਂ ਮੈਂ ਸੱਚ ਕਹਿ ਰਹੀ ਹਾਂ ਕੌਣ ਸਹੀ ਹੈ ਕੌਣ ਗਲਤ ਹੈ ਇਹ ਮੈਨੂੰ ਨਹੀਂ ਪਤਾ ਲੇਕਿਨ ਇੰਨਾ ਪਿਆਰ ਆਪਣੇ ਦੋਸਤ ਨੂੰ ਕੋਈ ਨਹੀਂ ਕਰ ਸਕਦਾ ਜਿੰਨਾ ਇਹ ਦੋਨੋਂ ਤੈਨੂੰ ਕਰਦੇ ਨੇ ਬੰਦ ਕਰ ਯਾਰ ਇਹਨੂੰ ਮਸਲਾ ਸਾਰਾ ਖਤਮ ਹੁੰਦਾ ਨਾ ਆਪਾਂ ਤਾਂ ਕਿਤੇ ਦੂਰ ਚੱਲੀਏ ਇਸ ਖਲਜਗਨ ਤੋਂ ਆਹੋ ਯਾਰ ਜਿੱਥੇ ਕੋਈ ਨਾ ਹੋਵੇ ਔਰ ਨਹੀਂ ਯਾਰ ਉੱਥੇ ਤਾਂ ਇਹਨੂੰ ਹੋਰ ਮਿਸ ਕਰਾਂਗੇ ਕਿਸੇ ਰੌਣਕ ਮੇਲੇ ਵਾਲੀ ਥਾਂ ਤੇ ਚਲੇ ਜਾਣਾ ਯਾਰ ਉਹ ਏਦਾਂ ਦੀ ਥਾਂ ਤਾਂ ਉਸ ਪਤੰਦਰ ਦੀ ਹੋਰ ਯਾਦ ਆਇਆ ਕਰੂ ਇਸ ਪਤੰਦਰ ਨੂੰ ਜਿਹੜੀ ਆਹ ਦੋ ਪਤੰਦਰਾਂ ਦੀ ਯਾਦ ਆਇਆ ਕਰੂ ਆਉਂਦੀ ਹੈ ਤਾਂ ਆਈ ਜਾਵੇ ਠੇਕਾ ਲਿਆ ਹੋਇਆ ਫਿਰ ਮੈਨੂੰ ਵੀ ਨਾਲ ਹੀ ਲੈ ਚੱਲੋ ਯਾਰ ਏਦਾਂ ਕਿੱਦਾਂ ਲੈ ਚੱਲੀਏ ਤੇਰੇ ਤੋਂ ਤਾਂ ਭੱਜ ਕੇ ਚੱਲੇ ਆ ਤੇ ਇੱਕ ਕੰਮ ਕਰੋ ਮੈਨੂੰ ਮਾਫ ਕਰ ਦਿਓ ਅੱਛਾ ਜੀ ਬਹੁਤ ਸਿਆਣ ਏਦਾਂ ਕਿੱਦਾਂ ਮਾਫ ਕਰ ਦੀ ਕਰ ਦੋ ਮਾਫ ਯਾਰ ਹੁਣ ਮਾਫੀ ਪੈਰੀ ਪੈ ਕੇ ਮੰਗਾ ਜਾਂ ਹੱਥ ਜੋੜ ਕੇ ਮੰਗਾ ਪੈਰਾਂ ਵਾਲੀ ਆਪਸ਼ਨ ਠੀਕ ਹੈ ਸੌਰੀ ਬਸ ਯਾਰ ਡਿੰਪੀ ਜਦ ਮੈਨੂੰ ਕੁਛ ਯਾਦ ਹੀ ਨਹੀਂ ਤਾਂ ਹੋ ਸਕਦਾ ਸੀਐਮ ਦਾ ਕਤਲ ਮੈਂ ਹੀ ਕਰਵਾਇਆ ਹੋਵੇ ਯਦਵੀਰ ਤੇਰਾ ਦਿਮਾਗ ਸ਼ਾਤਰ ਹੈ ਪਰ ਕ੍ਰਿਮੀਨਲ ਨਹੀਂ ਤੂੰ ਇਹੋ ਜਿਹਾ ਘਟੀਆ ਕੰਮ ਕਦੇ ਵੀ ਨਹੀਂ ਕਰ ਸਕਦਾ ਦੋਸਤ ਯਾਰ ਜਿਹੜਾ ਬੰਦਾ ਖੁਦ ਆਪਣੇ ਤੇ ਗੋਲੀ ਚਲਾਉਣ ਦਾ ਰਿਸਕ ਲੈ ਸਕਦਾ
ਉਹ ਕਿਸੇ ਵੀ ਹੱਦ ਤੱਕ ਜਾ ਸਕਦਾ। ਯੁੱਧਵੀਰ ਤੈਨੂੰ ਆਪਣੇ ਦੋਸਤਾਂ ਤੇ ਪੂਰਾ ਭਰੋਸਾ ਹੋਣਾ ਚਾਹੀਦਾ। ਉਹ ਭਰਾ ਸਹੀ ਗਲਤ ਦਾ ਫੈਸਲਾ ਅਦਾਲਤ ਚ ਹੋ ਜਾਊਗਾ। ਹਾਲੇ ਤੇਰਾ ਬਿਆਨ ਪਬਲਿਕ ਤੱਕ ਪਹੁੰਚਣਾ ਸਭ ਤੋਂ ਜ਼ਰੂਰੀ ਹੈ। ਬਸ ਚਲੀ ਚਲਾ ਬਾਅਦ ਸੋਚਦੇ ਹਾਂ, ਤੂੰ ਆ ਜਰਾ ਜ਼ਰੂਰੀ। ਆਲ ਦਾ ਬੈਸਟ। ਪਰ ਮੈਂ ਤੁਹਾਡੇ ਸਾਰਿਆਂ ਤੱਕ ਇਹੀ ਸੁਨੇਹਾ ਪਹੁੰਚਾਉਣ ਲਈ ਕੈਮਰੇ ਅੱਗੇ ਆਇਆ ਕਿ ਮੇਰੇ ਤੇ ਲਾਏ ਗਏ ਇਲਜ਼ਾਮ ਨਿਰੇ ਝੂਠ ਨੇ ਤੇ ਮੈਂ ਸਬੂਤਾਂ ਨਾਲ ਪੇਸ਼ ਹਾਂ। ਠੀਕ ਹੈ ਠੀਕ ਹੈ, ਇਹੀ ਹੈ ਨਾ ਮੈਸੇਜ ਆ ਰਿਹਾ। ਬਸ ਰੈਡੀ ਰੈਡੀ। ਸਾਰੇ ਪੰਜਾਬ ਵਾਸੀਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਮੈਂ ਅੱਜ ਇਸ ਚੈਨਲ ਦੇ ਜ਼ਰੀਏ ਤੁਹਾਨੂੰ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਮੈਂ ਕਿਤੇ ਲੁਕਿਆ ਨਹੀਂ ਤੇ ਮੈਂ ਕੱਲ ਪੁਲਿਸ ਕਸਟਡੀ ਚ ਕੋਰਟ ਦੇ ਵਿੱਚ ਪੇਸ਼ ਹੋਵਾਂਗਾ, ਜਿੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਸਤਿ ਸ੍ਰੀ ਅਕਾਲ। ਉਹ ਯਾਰ ਉਹ ਕੀ ਬੋਲੀ ਜਾਣਾ ਯਾਰ, ਤੇਰਾ ਦਿਮਾਗ ਖਰਾਬ ਹੈ। ਲਾਸਟ ਲਾਈਨ ਕੱਢ ਦੋ, ਲਾਸਟ ਲਾਈਨ ਹੀ ਚੱਲੇਗੀ। ਕੱਲ ਦਾ ਕੀ ਮਤਲਬ ਹੈ, ਕੱਲ ਕਿਉਂ ਕਮਿਟ ਕਰ ਰਹੇ ਹੋ ਯਾਰ ਕਿਸੇ ਨਾਲ ਤੁਸੀਂ? ਕੀ ਕਹਿ ਰਹੇ ਹੋ, ਇਟਸ ਲਾਈਵ, ਇਟਸ ਔਨ 에ਅਰ, ਜਾ ਚੁੱਕਾ। ਮੈਂ ਜੋ ਕੁਝ ਕਿਹਾ ਨਾ ਬਹੁਤ ਸੋਚ ਸਮਝ ਕੇ ਕਿਹਾ, ਠੀਕ ਹੈ? ਕੀ ਯਾਰ ਤੈਨੂੰ ਸ਼ਰਮ ਨਹੀਂ ਆਈ ਹਰਕਤ ਕਰਦੇ ਨੂੰ? ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਕਿ ਪਰੌਂਠਾ ਬਿਨਾਂ ਮੱਖਣ ਤੋਂ ਲੈ ਕੇ ਆਏਗਾ। ਜਲਵਾ ਹੋ ਗਿਆ ਬਾਈ, ਜਲਵਾ ਨਹੀਂ। ਗੱਲ ਸੁਣੋ, ਮੂਲੀ ਦੇ ਪਰੌਂਠਿਆਂ ਦੇ ਨਾਲ ਲੱਸੀ ਤਾਂ ਭੇਜ ਦਿੰਦੇ। ਅੱਛਾ ਭਾਈ ਸਾਹਿਬ, ਅਗਵਾ ਹੋ ਕੇ ਆਏ ਹੋ ਕਿ ਮਾਮੇ ਦੀ ਬਰਾਤੇ ਆਏ ਹੋ? ਸੇਵਾ ਕਰੀਏ ਤੁਹਾਡੀ, ਮੌਜਾਂ ਕਰਦੇ ਹੁੰਦੇ? ਅਗਵਾ ਕਰ, ਅਗਵਾ ਹੋਏ ਨੇ ਤਾਂ ਸਬਰ ਦਾ ਘੋਟੀ ਪੀਣਾ ਹੁੰਦਾ। ਪੱਤਰਕਾਰਾਂ ਨਾਲ ਹੱਥੋਂ ਪਾਈ ਹੋ ਕੇ ਕੋਈ ਮਸਲਾ ਹੱਲ ਨਹੀਂ। ਕਿੱਦਾਂ ਹੁੰਦਾ ਮਸਲਾ ਹੱਲ, ਦੱਸ ਕਿੱਦਾਂ ਹੁੰਦਾ? ਦੇਖ ਦਮਨ, ਇਸ ਵਕਤ ਸਾਡੀ ਕੋਈ ਵੀ ਗੋਟੀ ਸਿੱਧੀ ਨਹੀਂ ਪੈ ਰਹੀ। ਯੁੱਧਵੀਰ ਸਾਡੇ ਤੋਂ ਇੱਕ ਕਦਮ ਅੱਗੇ ਚੱਲ ਰਿਹਾ ਹੈ, ਜੇਕਰ ਅਸੀਂ ਉਸ ਤੋਂ ਦੋ ਕਦਮ ਅੱਗੇ ਨਾ ਨਿਕਲੇ ਤਾਂ ਸਾਨੂੰ ਲੈਣੇ ਦੇ ਦੇਣੇ ਪੈ ਜਾਣੇ ਹੈ। ਓ ਮੈਂ ਕਿਹਾ ਮਾਲਕੋ, ਕੱਲੇ ਕੱਲੇ ਪੀ ਜਾਂਦੇ ਹੋ, ਕੋਈ ਸਾਡਾ ਵੀ ਖਿਆਲ ਕਰ ਲਓ। ਆ ਝੋਟਾ ਕਿੰਨਾ ਵੀ ਰੱਜਿਆ ਹੋਵੇ, ਸਾਲਾ ਬਗਾਨੀ ਖੁਰਲੀ ਚ ਮੂੰਹ ਮਾਰਨੋਂ ਨਹੀਂ ਜਾਂਦਾ।
हेलो जी जनाब ओ जोगिया जिंदा नहीं रहना चाहिए ले आ भाई कट छोटे नु बाहर जी जनाब जनाब असल विच एक्स सीएम साहब दा कतल दमनजीत ने ही करवाया ते हुण जदों उस नूं सच खुलण दा डर सताउण लग्या उसने मैनूं वी झूठे पुलिस मुकाबले विच मरवाउण दी कोशिश कीती चंगा भी जोगिया तेरा काम खत्म चंगा सत श्री अकाल ओ यार युधवीर तू एदा किदा जोगे नु जान दिता उन्हें जाके दमन नु दसता फेर ताई ता भेजा ए जोगा नहीं ए चोगा दमन नु पाया चोगा गलती की दी है कोई गल नहीं चोकसियां पर गलत बंदे नाल गलत कर चुका है तू गलती माफ कर दियो जनाब पैसे ने मेरी मत मार ली तुहानू रब दा वास्ता मेनू माफ कर दियो जेला चाहिदा मेनू दस दस ओ कथिया मैं तुम दसदा रुको भाई रुको आजा पहले छाल मार के चल रही
वेलकम वेलकम युद्धवीर सिंह। सॉरी 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 सीएम साहब सीएम साहब सीएम साहब। चूहे बिल्ली दा खेड खेड दे खेड दे हजूर साडे गरीब खाने च तशरीफ ले आए। बड़ी ज्यादती कीती तुसी दमनजीत नाल, बड़ी ज्यादती कीती। दमनजीत अपना शिकार खुद लब लब के मारदा है और तू मेरा शिकार मेरी बंदूक दे सामने लिया के रखता। वेरी बैड वेरी वेरी बैड वेरी बैड। तू बड़ा लकी है बड़ा लकी है। सीएम ते बॉडीगार्ड हुंदे है पर तेरा ते सीएम ही बॉडीगार्ड है। और अपने बॉडीगार्ड नु तेनू मेरे तो बचाए। बोल तेनू की लग्या कि ये मेरे खिलाफ गवाही दूगा दमनजीत के खिलाफ गवाही दूगा। एदी आवाज और इसनू इथे दफना दूंगा इथे। की बकरे होश नाल गल कर रहे हो। इस सौदा तेनू बड़ा महंगा पएगा दमन। डिंपी जी सस्ते सौदे तासी कर दे ही नहीं। गल सस्ते जा महंगे दी नहीं, सौदा करना होना चाहिए। खवातीन लीजिए आपके सामने हाजिर हैं जाने माने मिमिक्री फनकार डिंपी धालीवाल। ऑपरेशन थिएटर से सीधा ओपन एयर थिएटर में तालियां। वैसे जिन्ना दे दोनों हाथ ठीक ने मतलब मेरे में स्लिंग नहीं पाई हुई ओ तालियां मार सकते ने। आई डोंट माइंड। और हुण मैं पंजाब दे नवे मुख्यमंत्री जनाब युद्धवीर सिंह सिद्धू साहब नु गुजारिश करांगा कि मंच ते तशरीफ लेके आउन। हो जाओ भाई सीएम साहब।
ना तो मैं सीएम ते ना मैं किसी स्टेज ते जाना चाहना। What? हाँ? हाँ? ओ यार हुने की ड्रामा है? हाँ? ओ असी की नहीं किया इत्थे पहुंचण लई सिर धर दी बाजी ला दित्ती यार जो होना सी वो हो गया मैं होर कुछ पाउण दी सिवाय जो कुछ मेरे कोल है वो संभाल के रखना चाहना। युधवीर आज तेनू रब ने ताकत बख्शी है तू पूरे पंजाब नू संभाल सकदा है। तू तो सिर्फ सानू प्यार करदा है ते जड़ा सारे पंजाब दे लोका ने तेरे लिए प्यार दिखाया ओदा की तू इन्हां लोका ते प्यार नाल विश्वासघात नहीं कर सकदा युधवीर। युधवीर पंजाब दी पग दा गवाचदा जांदा शमला बापू जी दी पग दा टिकिया तुरला तू ही कायम कर सकता है। लखां लोकां ने तैनू ए बख्शी जिम्मेवारी सच्चे दिल नाल फर्ज निभाउणा अज तो तेरी वारी पूरी करनी प्यो अपने दी पूरी करनी प्यो अपने दी रीज अधूरी पई गुड़ निकुटे नानका ओड़क सच रही गुड़ निकुटे नानका ओड़क सच रही किसी को राज न दे है जो ले है निज बल से ले है।
सच हो सी सच।